ਸਤਨਾਮ ਧੰਨਵਾਹਿ ਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪਹਿ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਅਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਦਰਸ਼ਨ ਪਿਆਸੀ ਦਿਨ ਰਾਤ ਚਿਤ ਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਗਲ ਦਵਾਰ ਕੋ ਛਾਡ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸ਼ਵਰ ਸ਼ਵਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ ਹਾਜ਼ਰੀ ਭਰ ਰਹੇ ਹੋ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ 10 ਤੋਂ ਪਹਿਲਾਂ ਆਪ ਜੀ ਨੇ ਭਾਈ ਤਰਲੋਕ ਸਿੰਘ ਹੋਂਾ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਕੁਝ ਪਲ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਦੇ ਵਿੱਚ ਸੁਰਤ ਨੂੰ ਜੋੜਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਨੂੰ ਕਿਰਪਾ ਨੂੰ ਮਾਨਿਆ ਸਤਿਗੁਰੂ ਨੇ ਕਿਰਪਾ ਕੀਤੀ ਹੈ ਜੋ ਇਹ ਸ਼ਬਦ ਦੀ ਵਿਚਾਰ ਲਈ ਇਹ ਸੁਭਾਗਾ ਸਮਾ ਬਖਸ਼ਿਆ ਆਓ ਇਸ ਨੂੰ ਸਫਲਾ ਬਣਾਈਏ ਕਿਉਂਕਿ ਗੁਰਬਾਣੀ ਕੀਰਤਨ ਤੋਂ ਬਾਅਦ ਸ਼ਬਦ ਦੇ ਕੀਰਤਨ ਤੋਂ ਬਾਅਦ ਜਦੋਂ ਸ਼ਬਦ ਨੂੰ ਵਿਚਾਰਿਆ ਜਾਂਦਾ ਹੈ ਤਾਂ ਜੋ ਸਾਡਾ ਤਨ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਰਿਹਾ ਹੁੰਦਾ ਹੈ ਤਨ ਨੂੰ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਜਦੋਂ ਤਨ ਨੂੰ ਕੋਈ ਸਿੱਖਿਆ ਮਿਲਦੀ ਹੈ ਉਹਦਾ ਅਸਰ ਫਿਰ ਮਨ ਤੱਕ ਜਾਂਦਾ ਹੈ ਦੁਨੀਆ ਦੇ ਵਿੱਚ ਜਦ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਨਾ ਭਾਵੇਂ ਕੋਈ ਦੋਸਤ ਹੋਵੇ ਮਿੱਤਰ ਹੋਵੇ ਕਿਸੇ ਦੀ ਗੱਲ ਨੂੰ ਕੰਨਾਂ ਦੇ ਨਾਲ ਜਦੋਂ ਸੁਣਦੇ ਆ ਤੇ ਬਹੁਤ ਘੱਟ ਹੀ ਹੁੰਦਾ ਕਿ ਉਹਦੀ ਗੱਲ ਦਾ ਸਿਰ ਮਨ ਤੱਕ ਪਹੁੰਚ ਜਾਵੇ ਨਹੀਂ ਤੇ ਇੱਕ ਦਿਨ ਦੇ ਵਿੱਚ ਪਤਾ ਹੀ ਨਹੀਂ ਕਿੰਨਿਆਂ ਕਿ ਇਨਸਾਨਾਂ ਨਾਲ ਮੁਲਾਕਾਤ ਹੁੰਦੀ ਹੈ ਬੰਦਾ ਆਪਣੀ ਜ਼ੁਬਾਨ ਰਾਹੀਂ ਬਹੁਤ ਗੱਲਾਂ ਕਰਦਾ ਹੈ ਬਹੁਤ ਬੋਲ ਬੋਲਦਾ ਹੈ ਪਰ ਮਨ ਦੇ ਵਿੱਚ ਬਦਲਾਵ ਨਹੀਂ ਆਉਂਦਾ ਸੰਸਾਰਕ ਬਾਤਾਂ ਦੇ ਨਾਲ ਇਸ ਕਰਕੇ ਸਤਿਗੁਰੂ ਨੇ ਕਿਹਾ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਜਦੋਂ ਗੁਰਸਿੱਖਾਂ ਦੀ ਸੰਗਤ ਵਿੱਚ ਗੁਰੂ ਦਰਬਾਰ ਦੇ ਵਿੱਚ ਕੋਈ ਤਨ ਦੇ ਰਾਹੀ ਆਪਣੇ ਕੰਨਾਂ ਦੇ ਰਾਹੀ ਸ਼ਬਦ ਸੁਣਦਾ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਨਣਾ ਨੋ ਪਠਾਈ ਜਦੋਂ ਕੋਈ ਗੁਰੂ ਦਰਬਾਰ ਵਿੱਚ ਆ ਕੇ ਕੰਨਾਂ ਰਾਹੀ ਸ਼ਬਦ ਸੁਣਦਾ ਅੱਖਾਂ ਰਾਹੀਂ ਗੁਰੂ ਦੇ ਦਿਦਾਰੇ ਪਾਉਂਦਾ ਉਹਦਾ ਪ੍ਰਭਾਵ ਮਨ ਜ਼ਰੂਰ ਕਬੂਲਦਾ ਸੋ ਪਿਆਰ ਵਾਲਿਓ ਆਓ ਆਪਾਂ ਵਿਚਾਰ ਨੂੰ ਆਰੰਭ ਕਰੀਏ ਸਭ ਤੋਂ ਪਹਿਲਾਂ ਸਤਿਗੁਰੂ ਨੂੰ ਫਤਿਹ ਬੁਲਾਈਏ ਮੇਰੀ ਬੇਨਤੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾਸ ਸਾਹਿਬ ਦੀ ਬਾਣੀ ਦੇ ਅੰਦਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਪਵਿੱਤਰ ਸ਼ਬਦ ਆਪਾਂ ਰੋਜ਼ਾਨਾ ਪੜ੍ਹਦੇ ਆਂ ਜਾਂ ਸੁਣਦੇ ਆਂ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰਦਿਆ ਨਾਮ ਪਰਗਾਸ ਸਤਿਗੁਰੂ ਦੇ ਦਰਬਾਰ ਵਿੱਚ ਆਉਨੇ ਆ ਅਰਦਾਸ ਪੂਰੀ ਹੋ ਜਾਵੇ ਦਾਤ ਮਿਲ ਜਾਵੇ ਇਸ ਕਰਕੇ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਬਾਣੀ ਪੜਨ ਦੀ ਜਾਚ ਆ ਜਾਵੇ ਇਸ ਕਰਕੇ ਗੁਰੂ ਦਰਬਾਰ ਵਿੱਚ ਆ ਕੇ ਸ਼ਬਦ ਦੀ ਵਿਚਾਰ ਕਰਦੇ ਆਂ ਸੋਢੀ ਸੁਲਤਾਨ ਧੰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਬਾਣੀ ਕਿਸ ਤਰ੍ਹਾਂ ਪੜ੍ਹਨੀ ਚਾਹੀਦੀ ਹੈ ਬੰਦਗੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਸਿਮਰਨ ਕਿਵੇਂ ਕਰਨਾ ਚਾਹੀਦਾ ਬਾਰ ਬਾਰ ਸੰਗਤ ਦੇ ਵਿੱਚੋਂ ਇਹ ਪ੍ਰਸ਼ਨ ਜ਼ਰੂਰ ਆਉਂਦਾ ਬਾਣੀ ਕਿਸ ਤਰ੍ਹਾਂ ਪੜ੍ਹੀਏ ਕਿਸ ਤਰ੍ਹਾਂ ਬਾਣੀ ਪੜ੍ਹੀਏ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਖੁਸ਼ੀ ਮਿਲ ਜਾਵੇ ਬਖਸ਼ਿਸ਼ ਮਿਲ ਜਾਵੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸਜਣਾ ਤੂੰ ਬਾਣੀ ਪੜਨ ਲੱਗਿਆ ਇਸ ਤਰ੍ਹਾਂ ਦੁਹਾਈ ਪਾ ਇਸ ਤਰ੍ਹਾਂ ਪੁਕਾਰ ਕਰ ਆਵਾਜ਼ ਲਾ ਪਰਮਾਤਮਾ ਨੂੰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਆਵਾਜ਼ ਲਾਈ ਹਰ ਕੇ ਜਨ ਸਭ ਤੋਂ ਪਹਿਲੀ ਆਵਾਜ਼ ਲਈ ਹਰੀ ਕੇ ਜਨ ਕਹਿ ਕਰਕੇ ਹਰ ਕੇ ਜਨ ਸਤ ਗੁਰ ਦੂਸਰੀ ਵਾਰ ਫਿਰ ਆਵਾਜ਼ ਲਈ ਸਤ ਗੁਰ ਕਹਿ ਕਰਕੇ ਸਤ ਪੁਰਖਾ ਸੰਸਾਰ ਦੇ ਜਿੰਨੇ ਸੱਜਣ ਸਭ ਕੂੜ ਨੇ ਨਾਨਕ ਵਖਾਣਾ ਬੇਣਤੀ ਤੁਦ ਬਾਜ ਕੂੜੋ ਕੂੜ ਪ੍ਰਮਾਤਮਾ ਤੋਂ ਬਿਨਾ ਕੋਈ ਸੱਜਣ ਸੱਚਾ ਨਹੀਂ ਇੱਕ ਪ੍ਰਮਾਤਮਾ ਸੱਜਣ ਐਸ ਹੈ ਜਿਹੜਾ ਸਦਾ ਸਾਥ ਨਭਾਉਂਦਾ ਹੈ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤੇ ਸਿੱਖਾ ਇਸ ਤਰ੍ਹਾਂ ਉਹਨੂੰ ਹਾਜ਼ਰ ਜਾਣ ਕੇ ਉਹਦੇ ਬੂਹੇ ਦੇ ਸਾਹਮਣੇ ਖੜ ਕੇ ਆਵਾਜ਼ ਲਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰੋ ਗੁਰਪਾਸ ਮੈਂ ਤੇਰੇ ਦਰ ਤੇ ਤੇਰੇ ਚਰਨਾ ਦੇ ਵਿੱਚ ਇੱਕ ਬੇਨਤੀ ਕਰਦਾ ਹੁਣ ਵੇਖੋ ਜਦੋਂ ਗੁਰੂ ਨੂੰ ਸੰਬੋਧਨ ਕੀਤਾ ਗੁਰੂ ਅੱਗੇ ਪੁਕਾਰ ਲਈ ਕਿਹਾ ਹਰ ਕੇ ਜਨ ਕਿਹਾ ਸਤ ਗੁਰ ਸਤ ਪੁਰਖਾ ਤੇ ਜਦੋਂ ਮਹਾਰਾਜ ਆਪਣੇ ਆਪ ਲਈ ਅਰਦਾਸ ਕਰਦੇ ਨੇ ਆਪਣੇ ਆਪ ਨੂੰ ਕੀ ਸੰਬੋਧਨ ਕਰਦੇ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਹਿੰਦੇ ਮੈਂ ਤੇ ਦੁਨੀਆ ਦਾ ਨਿੱਕਾ ਜਿਹਾ ਕੀੜਾ ਆਂ ਕਹਾਂ ਲੱਗਾ ਇਹੋ ਕੀਟ ਬਖਾਨਾ ਮਹਿਮਾ ਤੋਰ ਤੂੰ ਹੀ ਪ੍ਰਭ ਜਾਨਾ ਸਤਗੁਰੂ ਜੀ ਦੀ ਇਹ ਨਿਮਰਤਾ ਹੈ ਇਹ ਮਹਾਰਾਜ ਜੀ ਦੀ ਵਿਲੱਖਣਤਾ ਹੈ ਕਿ ਸ੍ਰਿਸ਼ਟੀ ਦੇ ਕੁਲ ਕਾਇਨਾਤ ਦੇ ਮਾਲਕ ਹੋ ਕਰਕੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਮ ਕੀ ਰੇ ਕਿਰਮ ਸਤਗੁਰ ਸਰਣਾਈ ਮੈਂ ਕੀੜਾ ਹਾਂ ਮੈਂ ਤੇਰੀ ਸ਼ਰਣੀ ਆਇਆ ਕਰ ਦਇਆ ਨਾਮ ਪ੍ਰਗਾਸ ਤੂੰ ਕਿਰਪਾ ਕਰ ਮੈਨੂੰ ਆਪਣੇ ਨਾਮ ਦੀ ਦਾਤ ਦੇ ਜਿਸ ਦਿਨ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕੋਈ ਨਮਾਣਾ ਹੋ ਕੇ ਨੀਵਾ ਹੋ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਵਾਜ਼ ਲਾਉਂਦਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਉਹਦੇ ਨੇਤਰਾਂ ਦੇ ਵਿੱਚ ਸਦਾ ਲਈ ਵਸ ਜਾਂਦੀ ਆ। ਪਿਆਰਿਓ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਿਦਾਰੇ ਕਰਨ ਲਈ ਆਉਨੇ ਆ ਨਾ। ਬਹੁਤ ਘੱਟ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਤੋਂ ਬਾਅਦ ਨੇਤਰਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਮੂਰਤ ਵਸਦੀ ਨਹੀਂ। ਬੰਦਾ ਗੁਰੂ ਦਰਬਾਰ ਵਿੱਚ ਵੀ ਬੈਠਾ ਹੋਵੇ ਦੇ ਸੰਗਤ ਵਿੱਚ ਬੈਠੇ ਵੱਖੋ ਵੱਖਰੇ ਚਿਹਰੇ ਹੀ ਨਜ਼ਰ ਆਉਂਦੇ ਨੇ ਬਲਕਿ ਹੋਣਾ ਇਸ ਤਰ੍ਹਾਂ ਚਾਹੀਦਾ ਕਿ ਭਾਈ ਕਨਈਆ ਜੀ ਵਾਂਗ ਸੰਗਤ ਦੇ ਵਿੱਚ ਬੈਠੇ ਹੋਏ ਹਰ ਇੱਕ ਚਿਹਰੇ ਦੇ ਵਿੱਚੋਂ ਗੁਰੂ ਦੀ ਮੂਰਤ ਨਜ਼ਰ ਆਵੇ ਗੁਰ ਕੀ ਮੂਰਤ ਮਨਮਹਿ ਧਿਆਨ ਉਹ ਗੁਰੂ ਦੀ ਮੂਰਤ ਨੇਤਰਾਂ ਦੇ ਸਾਹਮਣੇ ਵਸ ਜਾਵੇ ਪਰ ਵੇਖੋ ਜਦੋਂ ਗੁਰੂ ਦਰਬਾਰ ਚਾਉਂਦੇ ਆ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਮੱਥਾ ਟੇਕਣ ਤੋਂ ਬਾਅਦ ਨੇਤਰਾਂ ਦੇ ਸਾਹਮਣੇ ਫਿਰ ਵੀ ਚਿਹਰੇ ਨਜ਼ਰ ਆਉਂਦੇ ਨੇ ਗੁਰੂ ਦਰਬਾਰ 'ਚ ਹਾਜ਼ਰੀ ਭਰ ਕੇ ਬਾਹਰ ਜਾਂਦੇ ਆ ਬਹੁਤ ਘੱਟ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਨਜ਼ਰ ਆਵੇ ਕੁਝ ਹੋਰ ਚੇਤੇ ਨਾ ਆਵੇ ਪਰ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਪ੍ਰੇਮ ਨਾਲ ਤੱਕ ਲੈਂਦੇ ਨੇ ਨਾ ਉਹਨਾਂ ਦੇ ਨੇਤਰਾਂ ਵਿੱਚ ਫਿਰ ਕੁਝ ਹੋਰ ਨਹੀਂ ਵੱਸਦਾ ਮੁਲਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਖੀਰਲੀ ਉਦਾਸੀ ਵਿਲੇ ਜਦੋਂ ਗਏ ਅਖੀਰਲੀ ਉਦਾਸੀ ਗੁਰੂ ਨਾਨਕ ਸਾਹਿਬ ਨੇ ਮੁਲਤਾਨ ਦੇਸ਼ ਦੀ ਕੀਤੀ ਕਹਿੰਦੇ ਉਸ ਦੇਸ਼ ਦੇ ਵਿੱਚ ਇੱਕ ਬੜੇ ਮੰਨੇ ਪ੍ਰਮੰਨੇ ਫਕੀਰ ਹੋਏ ਤੇ ਕਹਿੰਦੇ ਨਮਾਜ਼ ਅਦਾ ਕਰਦੇ ਸਨ ਇੰਨਾ ਕਿ ਭਿਜ ਕੇ ਨਮਾਜ਼ ਅਦਾ ਕਰਿਆ ਕਰਦੇ ਸਨ ਕਿ ਉਹਨਾਂ ਨੂੰ ਬੰਦਗੀ ਕਰਦਿਆਂ ਨੂੰ ਇਬਾਦਤ ਕਰਦਿਆਂ ਨੂੰ ਵੇਖ ਕੇ ਲੋਕ ਇਹ ਗੱਲ ਕਹਿੰਦੇ ਸਨ ਕਿ ਜਿਸ ਵਕਤ ਇਹ ਸੇਖ ਇਹ ਫਕੀਰ ਨਮਾਜ਼ ਅਦਾ ਕਰਦਾ ਇਹਨਾਂ ਨੂੰ ਖੁਦਾ ਦੇ ਦਿਦਾਰੇ ਹੁੰਦੇ ਨੇ ਅੱਲਾਹ ਦੇ ਦਿਦਾਰੇ ਹੁੰਦੇ ਨੇ ਆਪਾਂ ਕਈ ਵਾਰ ਵੇਖਦੇ ਆਂ ਕਈ ਗੁਰਸਿੱਖ ਬਾਣੀ ਇੰਨੇ ਕਿ ਚਾਹ ਦੇ ਨਾਲ ਇੰਨੇ ਕਿ ਖੇੜੇ ਦੇ ਨਾਲ ਪੜ੍ਹਦੇ ਨੇ ਕਿ ਉਹਨਾਂ ਦੇ ਨੇਤਰਾਂ ਦੀ ਚਮਕ ਦੱਸਦੀ ਹੈ ਵੀ ਹਾਂ ਉਹ ਬਾਣੀ ਪੜ੍ਹ ਰਹੇ ਨੇ ਗੁਰੂ ਨਾਨਕ ਨੂੰ ਹਾਜ਼ਰ ਜਾਣ ਕੇ ਤੇ ਇੱਕ ਮੇਰੇ ਜਿਹਾ ਨਾ ਚੀਜ਼ ਇਸ ਤਰ੍ਹਾਂ ਬਾਣੀ ਪੜ੍ਹਦਾ ਕਿ ਭਾਵੇਂ ਹੱਥ ਵਿੱਚ ਗੁਟਕਾ ਸਾਹਿਬ ਵੀ ਹੋਵੇ ਰਸਨਾ ਤੇ ਜਪਜੀ ਸਾਹਿਬ ਦਾ ਜਾਪ ਸਾਹਿਬ ਦਾ ਪਾਠ ਵੀ ਚੱਲ ਰਿਹਾ ਹੋਵੇ ਅੱਖਾਂ ਆਲੇ-ਦੁਆਲੇ ਘੁੰਮਦੀਆਂ ਬਲਕਿ ਗੁਰੂ ਸ਼ਬਦ ਤੇ ਨਹੀਂ ਟਿਕਦੀਆਂ ਕਹਿੰਦੇ ਪਰ ਇਸ ਤਰ੍ਹਾਂ ਨਮਾਜ਼ ਅਦਾ ਕਰਿਆ ਕਰਦੇ ਸਨ ਕਿ ਸੱਚਮੁੱਚ ਖੁਦਾ ਦੇ دیدارੇ ਹੋ ਰਹੇ ਨੇ ਕਹਿੰਦੇ ਜਦੋਂ ਨਮਾਜ਼ ਅਦਾ ਕਰ ਰਹੇ ਸਨ ਮੁਲਤਾਨ ਦੇਸ਼ ਸਤਗੁਰੂ ਗੁਰੂ ਨਾਨਕ ਸਾਹਿਬ ਪਹੁੰਚੇ ਨੇ ਮੁਬਾਰਕ ਚਰਨ ਪਏ ਪਾਤਸ਼ਾਹ ਨੇ ਹੁਣ ਜਿਹੜਾ ਗੁਰਨਾਨਕ ਸਾਹਿਬ ਦਾ ਚਿਹਰਾ ਹੈ ਨਾ ਖਾਲਸਾ ਜੀ ਜਿਹੜਾ ਬਾਬੇ ਨਾਨਕ ਦੇ ਚਿਹਰੇ ਨੂੰ ਇੱਕ ਵਾਰ ਤੱਕ ਲੈਂਦਾ ਹੈ ਪ੍ਰੇਮ ਦੇ ਨਾਲ ਉਹ ਫਿਰ ਦੁਨੀਆ ਨੂੰ ਨਹੀਂ ਤੱਕਦਾ ਭਾਈ ਮਰਦਾਨਾ ਜੀ ਨੇ ਜਦੋਂ ਸਭ ਤੋਂ ਪਹਿਲੀ ਵਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ دیدارੇ ਕੀਤੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਹੋ ਕੇ ਰਹਿ ਗਏ ਦੁਨੀਆ ਦੇ ਨਹੀਂ ਹੋਏ ਜਦੋਂ ਗੁਰਨਾਨਕ ਸਾਹਿਬ ਮਹਾਰਾਜ ਨੇ ਦਾਨੇ ਮਰਾਸੀ ਨੂੰ ਕਿਹਾ ਨਾ ਰੱਬ ਦੇ ਗੀਤ ਗਾਇਆ ਕਰ ਤੇਰੀ ਆਵਾਜ਼ ਬੜੀ ਸੋਹਣੀ ਹੈ ਤੇ ਦਾਨਾ ਮਰਾਸੀ ਕਹਿਣ ਲੱਗਾ ਮਹਾਰਾਜ ਘਰ ਦੇ ਕੰਮ ਹੀ ਨਹੀਂ ਮੁੱਕਦੇ ਫਕੀਰਾਂ ਦਾ ਤੇ ਕੰਮ ਹੁੰਦਾ ਗੱਲਾਂ ਦੇ ਵਿੱਚ ਨਾਲ ਲਾ ਕੇ ਆਪਣੇ ਨਾਲ ਤੋਰ ਲੈਣਾ ਪਰ ਘਰ ਦੇ ਕੰਮ ਘਰ ਦੇ ਗੁਜ਼ਾਰੇ ਕਿਵੇਂ ਹੋਣਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਪ੍ਰਮਾਤਮਾ ਦੀ ਟੇਕ ਟਿਕਾ ਤੂੰ ਰੱਬ ਦੇ ਕੰਮ ਕਰਨ ਲੱਗ ਜਾ ਰੱਬ ਤੇਰੇ ਕੰਮ ਵੀ ਆ ਕੇ ਕਰੇਗਾ ਪਿਆਰ ਵਾਲਿਓ ਸ਼ੰਕਾ ਹੋਵੇ ਤੇ ਬੰਦਾ ساری ਉਮਰ ਸ਼ੰਕੀ ਕਰਦਾ ਰਹਿੰਦਾ ਹੈ ਜੇ ਕਿਤੇ ਭਾਵਨਾ ਹੋਵੇ ਤੇ ਰੱਬ ਕੋਲੋਂ ਕੰਮ ਕਰਾ ਸਕਦਾ ਹੈ ਭਗਤ ਧੰਨਾ ਜੀ ਨੇ ਰੱਬ ਕੋਲੋਂ ਵੀ ਕੰਮ ਕਰਾਏ ਭਗਤ ਧੰਨਾ ਜੀ ਨੂੰ ਨਹੀਂ ਪਤਾ ਬੰਦਗੀ ਕਿਵੇਂ ਕਰਨੀ ਹੈ ਇਬਾਦਤ ਕਿਵੇਂ ਕਰਨੀ ਹੈ ਭਗਤ ਧੰਨਾ ਜੀ ਨੂੰ ਬਾਹਰਲੇ ਗ੍ਰੰਥਾਂ ਦਾ ਕੋਈ ਬਹੁਤਾ ਗਿਆਨ ਨਹੀਂ ਇੱਕ ਭੋਲੇ ਭਾਲੇ ਸੁਭਾਅ ਦੇ ਵਿੱਚ ਪੰਡਤ ਕੋਲੋਂ ਪੁੱਛਿਆ ਤੂੰ ਠਾਕੁਰ ਨੂੰ ਰੋਜ਼ ਅਰਦਾਸ ਕਰਕੇ ਭੋਜਨ ਦਾ ਭੋਗ ਲਾਉਣਾ ਤੇਰਾ ਠਾਕੁਰ ਕਰਦਾ ਕੀ ਹੈ ਪੁਜਾਰੀ ਕਹਿਣ ਲੱਗਾ ਮੇਰਾ ਠਾਕੁਰ ਸਾਰਾ ਕੁਝ ਹੀ ਕਰ ਦਿੰਦਾ ਜੋ ਵੀ ਕਵੇਂਗਾ ਉਹ ਕਰ ਦਵੇਗਾ ਭਗਤ ਧੰਨਾ ਜੀ ਕਹਿਣ ਲੱਗੇ ਮੈਂ ਖੇਤਾਂ ਨੂੰ ਪਾਣੀ ਲਾਉਣਾ ਤੇਰਾ ਠਾਕੁਰ ਖੇਤਾਂ ਨੂੰ ਪਾਣੀ ਲਾ ਦੇਵੇਗਾ ਹੁਣ ਪੁਜਾਰੀ ਨੇ ਖਿਹੜਾ ਛਡਾਉਣਾ ਸੀ ਕਹਿੰਦਾ ਲਾ ਦੇਵੇਗਾ ਭਾਵਨਾ ਬਣ ਗਈ ਜਿੱਦ ਕਰਕੇ ਪੁਜਾਰੀ ਤੋਂ ਠਾਕੁਰ ਲਿਆਂਦਾ ਮੈਂ ਸੰਖੇਪ ਜਹੀ ਬੇਨਤੀ ਕਰਾਂ ਕਿ ਵੇਖੋ ਭਗਤ ਧੰਨਾ ਜੀ ਦੀ ਭਾਵਨਾ ਸੀ ਠਾਕੁਰ ਜੀ ਦੀ ਭਾਵੇਂ ਮੂਰਤੀ ਪੱਥਰ ਦੀ ਲੈ ਕਰਕੇ ਚੱਲੇ ਨੇ ਪਰ ਭਾਵਨਾ ਸੀ ਤੇ ਸੱਚਮੁੱਚ ਠਾਕੁਰ ਦੇ ਨਾਲ ਸੁਰਤ ਜੋੜ ਗਈ ਸਾਡੀ ਭਾਵਨਾ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਵੀ ਸੁਰਤ ਨਹੀਂ ਜੁੜਦੀ ਭਗਤ ਧੰਨਾ ਜੀ ਨੇ ਕਿਹਾ ਠਾਕੁਰ ਅੱਜ ਆ ਕੇ ਮੇਰੇ ਇਸ ਤਿਆਰ ਕੀਤੇ ਪ੍ਰਸ਼ਾਦੇ ਨੂੰ ਭੋਗ ਲਾਵੇਂਗਾ ਮੈਂ ਪ੍ਰਸ਼ਾਦਾ ਤਾਂ ਛਕਣਾ ਇੱਕ ਦਿਨ ਹੋਇਆ ਦੋ ਦਿਨ ਹੋਇਆ ਠਾਕੁਰ ਨੇ ਭੋਗ ਨਹੀਂ ਲਾਇਆ ਤੀਸਰੇ ਦਿਨ ਆਵਾਜ਼ ਆਈ ਧੰਨਿਆ ਪੱਥਰ ਪ੍ਰਸ਼ਾਦਿਆਂ ਨੂੰ ਭੋਗ ਨਹੀਂ ਲਾਉਂਦੇ ਭਗਤ ਧੰਨਾ ਜੀ ਕਹਿਣ ਲੱਗੇ ਜੇ ਪੱਥਰ ਪ੍ਰਸ਼ਾਦਿਆਂ ਨੂੰ ਭੋਗ ਨਹੀਂ ਲਾਉਂਦੇ ਪੱਥਰ ਬੋਲਦੇ ਵੀ ਨਹੀਂ ਹੁੰਦੇ ਜਦੋਂ ਇਹ ਗੱਲ ਕਹੀ ਤੇ ਬਾਣੀ ਦਾ ਉਪਦੇਸ਼ ਹੈ ਮੈਂ ਆਪਣੇ ਵੱਲੋਂ ਗੱਲ ਨਹੀਂ ਕਹਿ ਰਿਆ ਇਹ ਬਾਣੀ ਦੇ ਵਿੱਚ ਦਰਜ ਹੈ ਇਹ ਬਿਦ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਪਾਗਾ ਪ੍ਰਤਖ ਹਰੀ ਨੇ ਦਿਦਾਰੇ ਕੀਤੇ ਤੇ ਜਦੋਂ ਪਰਮਾਤਮਾ ਹਰੀ ਸਾਹਮਣੇ ਪ੍ਰਗਟ ਹੋਇਆ ਭਗਤ ਧੰਨਾ ਜੀ ਨੇ ਰਸੇ ਦੇ ਨਾਲ ਠਾਕੁਰ ਦੇ ਰੱਬ ਦੇ ਹੱਥ ਬਣ ਲਏ ਕਹਿੰਦੇ ਪ੍ਰਸ਼ਾਦੇ ਨੂੰ ਭੋਗ ਤੇ ਲਾ ਲਿਆ ਹੁਣ ਖੇਤਾਂ ਨੂੰ ਪਾਣੀ ਵੀ ਲਾਉਣਾ ਪੈਣਾ ਹੁਣ ਮੇਰੇ ਕੰਮ ਵੀ ਕਰਨੇ ਪੈਣੇ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕਹ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕੀਓ ਹਮਰਾ 쿠ਸੀ ਕਰੈਨਤ ਜਿਓ ਖਾਟ ਮੰਗੋ ਚੋਪਾਈ ਸਿਰਹਾਣਾ ਅਵਰ ਤੁਲਾਈ ਉਪਰ ਕੋ ਮੰਗੋ ਥਿੰਦਾ ਤੇਰੀ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੈ ਜਣ ਥਿੰਦਾ ਖਾਲਸਾ ਜੀ ਵੇਖੋ ਮੇਰੇ ਵਰਗਾ ਗੁਰੂ ਦਰਬਾਰ ਚ ਆਉਂਦਾ ਇਹੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ ਕਈ ਵਾਰ ਪੁੱਛਦੇ ਨੇ ਕਿ ਗੁਰੂ ਕੋਲੋਂ ਕੀ ਮੰਗੀਏ ਗੁਰੂ ਕੋਲੋਂ ਕੁਝ ਮੰਗਣਾ ਵੀ ਚਾਹੀਦਾ ਕਿ ਨਹੀਂ ਮੰਗਣਾ ਚਾਹੀਦਾ ਤੇ ਪਿਆਰ ਵਾਲਿਓ ਜੇ ਗੁਰੂ ਕੋਲੋਂ ਨਹੀਂ ਮੰਗਣਾ ਫਿਰ ਮੰਗਣਾ ਕਿਦੇ ਕੋਲੋਂ ਜਿੰਨੇ ਕੁਝ ਦੇਣਾ ਹੈ ਮੰਗਣ ਦਾ ਲਾਭ ਵੀ ਉਹਦੇ ਕੋਲ ਹੀ ਹੈ ਮੇਰੇ ਕਹਿਣ ਤੋਂ ਭਾਵ ਜੇ ਭਾਵਨਾ ਹੋਵੇ ਤੇ ਸੱਚਮੁੱਚ ਹਰੀ ਦੀ ਮੂਰਤ ਵਸਦੀ ਹੈ ਮੁਲਤਾਨ ਦੇਸ਼ ਦੇ ਵਿੱਚ ਬੈਠਾ ਫਕੀਰ ਰੋਜ਼ ਨਮਾਜ਼ ਅਦਾ ਕਰਦਾ ਸੀ ਖੇੜੇ ਦੇ ਨਾਲ ਲੋਕ ਕਿਹਾ ਕਰਦੇ ਸਨ ਇਹਨੂੰ ਖੁਦਾ ਦੇ ਦੀਦਾਰੇ ਹੁੰਦੇ ਨੇ ਪਰ ਹਲੇ ਵੀ ਮਨ ਦੇ ਵਿੱਚ ਉਹ ਟਿਕਾ ਨਹੀਂ ਸੀ ਅੱਜ ਨਮਾਜ਼ ਅਦਾ ਕਰਨ ਲੱਗਾ ਅੱਖਾਂ ਦੇ ਸਾਹਮਣੇ ਗੁਰੂ ਨਾਨਕ ਦੀ ਝਲਕ ਪਈ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਲਾਹੀ ਪ੍ਰਤਾਪੀ ਚਿਹਰੇ ਨੂੰ ਕੇਵਲ ਇੱਕ ਖਿੰਨ ਵਾਸਤੇ ਤੱਕਿਆ ਉਸ ਫਕੀਰ ਨੇ ਦੁਬਾਰਾ ਫਿਰ ਨੇਤਰ ਮੀਟ ਲਏ ਸਤਿਗੁਰੂ ਗੁਰੂ ਨਾਨਕ ਸਹਿਬ ਮੁਲਤਾਨ ਦੇਸ਼ ਤੋਂ ਵਾਪਸ ਆ ਗਏ ਪਰ ਗੁਰੂ ਨਾਨਕ ਸਹਿਬ ਦੇ ਵਾਪਸ ਆਉਣ ਤੋਂ ਬਾਅਦ ਵੀ ਇਤਿਹਾਸ ਗਵਾਹੀ ਭਰਦਾ ਹੈ ਫਕੀਰ ਨੇ ਜਦੋਂ ਵੀ ਨਮਾਜ਼ ਅਦਾ ਕਰਨੀ ਨੇਤਰ ਬੰਦ ਕਰਨੇ ਨੇਤਰਾ ਸਾਹਮਣੇ ਗੁਰੂ ਨਾਨਕ ਦੀ ਮੂਰਤ ਨਜ਼ਰ ਆਉਣੀ ਕਹਿੰਦੇ ਬੜਾ ਯਤਨ ਕਰੇ ਕਿ ਇਹ ਫਕੀਰ ਦੀ ਮੂਰਤ ਹਟ ਜਾਵੇ ਫਕੀਰ ਮੇਰੇ ਸਾਹਮਣੇ ਨਾ ਆਵੇ ਕੇਵਲ ਤੇ ਕੇਵਲ ਮੈਂ ਖੁਦਾ ਦੇ ਦੀਦਾਰਿਆਂ ਲਈ ਇਬਾਦਤ ਕਰ ਰਿਆਂ ਖੁਦਾ ਦੇ ਦੀਦਾਰੇ ਪਾਉਣੇ ਨੇ ਬੜੇ ਯਤਨ ਕੀਤੇ ਕਹਿੰਦੇ ਇੱਕ ਦਿਨ ਇੱਕ ਕਮਾਈ ਵਾਲੇ ਕੋਲ ਗਿਆ ਕਹਿਣ ਲੱਗਾ ਮੈਂ ਇੱਕ ਫਕੀਰ ਨੂੰ ਤੱਕਿਆ ਕੇਵਲ ਇੱਕ ਖਿੰਨ ਵਾਸਤੇ ਅੱਜ ਇਤਨਾ ਲੰਮਾ ਸਮਾਂ ਬਤੀਤ ਹੋ ਗਿਆ ਪਰ ਉਹ ਅੱਖਾਂ ਦੇ ਸਾਹਮਣੇ ਉਹ ਜਾਂਦਾ ਨਹੀਂ ਮੈਂ ਨਮਾਜ਼ ਅਦਾ ਕਰਦਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਕੇ ਖੜ ਜਾਂਦਾ ਅੱਗੋਂ ਕਮਾਈ ਵਾਲਾ ਸੱਜਣ ਫਕੀਰ ਕਹਿਣ ਲੱਗਾ ਜਿਸ ਖੁਦਾ ਦੇ دیدارੇ ਪਾਉਣ ਲਈ ਸਦੀਆਂ ਤੋਂ ਦੁਆ ਕਰ ਰਿਹਾ ਸਦੀਆਂ ਤੋਂ ਅਰਦਾਸਾਂ ਕਰ ਰਿਹਾ ਅੱਜ ਉਹ ਖੁਦਾ ਤੇਰੇ ਸਾਹਮਣੇ ਆ ਕੇ ਖੜ ਗਿਆ ਤੇ ਤੈਨੂੰ ਨਜ਼ਰ ਕਿਉਂ ਨਹੀਂ ਆ ਰਿਹਾ ਅੱਜ ਤੈਨੂੰ ਪਹਿਚਾਣ ਕਿਉਂ ਨਹੀਂ ਹੋ ਰਹੀ ਫਿਰ ਪਿਆਰਿਓ ਉਸਨੇ ਸਤਗੁਰੂ ਗੁਰੂ ਨਾਨਕ ਸਾਹਿਬ ਨੂੰ ਚਿੱਠੀ ਲਿਖ ਕੇ ਭੇਜੀ ਸਤਗੁਰੂ ਗੁਰਨਾਨਕ ਸਾਹਿਬ ਮਹਾਰਾਜ ਨੂੰ ਸਨੇਹਾ ਭੇਜਿਆ ਉਸ ਫਕੀਰ ਨੇ ਕਿ ਬਾਬਾ ਨਾਨਕ ਐ ਨਾਨਕ ਸਾਹਿਬ ਫਕੀਰ ਮੇਰ ਤੋਂ ਭੁੱਲ ਹੋ ਗਈ ਮੈਂ ਨਮਾਜ਼ ਅਦਾ ਕਰ ਰਿਆਂ ਤੇਰੀ ਮੂਰਤ ਸਾਹਮਣੇ ਆਈ ਪਰ ਮੈਂ ਤੈਨੂੰ ਪਹਿਚਾਣ ਨਾ ਸਕਿਆ ਤੂੰ ਕੋਈ ਹੋਰ ਨਹੀਂ ਤੂੰ ਖੁਦਾ ਦਾ ਰੂਪ ਹੈ ਤੂੰ ਖੁਦ ਹੀ ਅੱਲਾ ਦਾ ਨੂਰ ਹੈ ਇਹ ਕਿਰਪਾ ਤਾਂ ਹੋਈ ਜੇ ਭਾਵਨਾ ਦੇ ਨਾਲ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਖਾਲਸਾ ਜੀ ਬਾਲਾ ਪ੍ਰੀਤਮ ਚੋਝੀ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਇਤਿਹਾਸ ਦੇ ਵਿੱਚ ਆਪਾਂ ਨੂੰ ਮਿਲਦਾ ਹੈ ਕਿ ਜਿਸ ਵਕਤ ਪਟਨੇ ਦੀ ਧਰਤੀ ਤੇ ਸਤਿਗੁਰੂ ਬਾਲ ਚੋਜ ਕਰਦੇ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਵਿੱਚ ਬਾਲਕਾਂ ਨਾਲ ਖੇਡਦੇ ਸਨ ਕਹਿੰਦੇ ਇੱਕ ਦਿਨ ਉਸ ਇਲਾਕੇ ਦੇ ਵਿੱਚੋਂ ਇੱਕ ਫਕੀਰ ਲੰਘ ਰਿਹਾ ਸੀ ਪਾਲਕੀ ਦੇ ਵਿੱਚ ਬੈਠਾ ਫਕੀਰ ਦੇ ਸੇਵਾਦਾਰਾਂ ਨੇ ਪਾਲਕੀ ਮੋਢੇ ਤੇ ਚੱਕੀ ਹੋਈ ਜਿਵੇਂ ਅੱਜ ਕੱਲ ਗੱਡੀਆਂ ਦਾ ਜ਼ਮਾਨਾ ਕੋਈ ਸੰਤ ਮਹਾਪੁਰਖ ਜਾਵੇ ਸੇਵਾਦਾਰ ਗੱਡੀ ਚਲਾਉਂਦੇ ਨੇ ਸੰਤ ਬੈਠੇ ਹੁੰਦੇ ਇਸ ਤਰ੍ਹਾਂ ਉਹਨੇ ਪਾਲਕੀ ਦੇ ਵਿੱਚ ਆਪਣਾ ਆਸਣ ਲਾਇਆ ਉਹਦੇ ਸੇਵਾਦਾਰਾਂ ਨੇ ਪਾਲਕੀ ਮੋਢਿਆਂ ਤੇ ਚੱਕੀ ਹੁਣ ਪਾਲਕੀ ਦੇ ਪਰਦਿਆਂ ਦੇ ਵਿੱਚੋਂ ਬਾਹਰ ਤੱਕ ਰਿਆ ਸੀ ਉਸਨੇ ਵੇਖਿਆ ਬਾਲਾ ਪ੍ਰੀਤਮ ਦੇ ਦੀਦਾਰੇ ਕੀਤੇ ਕਹਿੰਦੇ ਉਧਰੋਂ ਬਾਲਾ ਪ੍ਰੀਤਮ ਦੀ ਨਿਗਾਹ ਵੀ ਉਸ ਫਕੀਰ ਵੱਲ ਪਈ ਉਧਰੋਂ ਉਹ ਫਕੀਰ ਬਾਲਾ ਪ੍ਰੀਤਮ ਨੂੰ ਤੱਕ ਰਿਹਾ ਬਾਲਾ ਪ੍ਰੀਤਮ ਫਕੀਰ ਨੂੰ ਤੱਕ ਰਹੇ ਨੇ ਜਦੋਂ ਬਾਲਾ ਪ੍ਰੀਤਮ ਦੇ ਕੋਲੋਂ ਲੰਘਣ ਲੱਗਾ ਬਾਲਾ ਪ੍ਰੀਤਮ ਮੁਸਕਰਾ ਕੇ ਕਹਿਣ ਲੱਗੇ ਹਜੇ ਮਿਲਿਆ ਨਹੀਂ ਸਵਾਲ ਸੀ ਬੜਾ ਵੱਡਾ ਬੜਾ ਡੂੰਗਾ ਬਚਨ ਮਹਾਰਾਜ ਨੇ ਕੀਤਾ ਕਹਿੰਦੇ ਹਜੇ ਮਿਲਿਆ ਨਹੀਂ ਅਚਾਨਕ ਉਸ ਫਕੀਰ ਨੇ ਆਪਣੇ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ ਪਾਲਕੀ ਦੇ ਵਿੱਚੋਂ ਇੱਕਦਮ ਛਾਲ ਮਾਰ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਗਲਵਕੜੀ ਪਾ ਕੇ ਕਹਿਣ ਲੱਗਾ ਪਾਤਸ਼ਾਹ ਸੱਚ ਹੈ ਅਜੇ ਤੱਕ ਨਹੀਂ ਸੀ ਮਿਲਿਆ ਪਰ ਅੱਜ ਮਿਲ ਗਿਆ ਅੱਜ ਉਡੀਕਾਂ ਖਤਮ ਹੋ ਗਈਆਂ ਅੱਜ ਖੁਦਾ ਦੇ ਦਿਦਾਰੇ ਹੋ ਗਏ ਮੇਰੇ ਕਹਿਣ ਤੋਂ ਮੁਰਾਦ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਇਹ ਕਿਰਪਾ ਕਰਦੇ ਨੇ ਕਿ ਤੂੰ ਇਸ ਤਰ੍ਹਾਂ ਬਾਣੀ ਪੜ੍ਹ ਇੰਨੀ ਚਾਹਤ ਦੇ ਨਾਲ ਖੁਦਾ ਦੀ ਇਬਾਦਤ ਕਰ ਬੰਦਗੀ ਕਰਕੇ ਖੁਦਾ ਤੇਰੀ ਇਬਾਦਤ ਨੂੰ ਕਬੂਲ ਕਰਨ ਲਈ ਤੇਰੇ ਘਰ ਤੱਕ ਚੱਲ ਕੇ ਆਵੇ ਪਿਆਰ ਵਾਲਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਨੂੰ ਜਦੋਂ ਆਪਾਂ ਬਾਚਦੇ ਆਪਾਂ ਵੇਖਦੇ ਕਿ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਵੀ ਗੁਰੂ ਨੂੰ ਚੇਤੇ ਕੀਤਾ ਪ੍ਰੇਮ ਦੀ ਭਾਵਨਾ ਨੂੰ ਭਾਗ ਲਾਉਣ ਦੇ ਲਈ ਸਤਿਗੁਰੂ ਨੇ ਚੋਜ ਵਰਤਾਇ ਕੋਤਕ ਵਰਤਾਇ ਕਹਿੰਦੇ ਨੇ ਮੁਲਤਾਨ ਦੇਸ਼ ਦੇ ਵਿੱਚ ਇੱਕ ਧਨੀ ਸੇਠ ਹੁੰਦਾ ਸੀ ਦੁਨੀ ਚੰਦ ਬੜਾ ਸ਼ਰਧਾਲੂ ਸਿੱਖ ਸੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਔਰ ਕਹਿੰਦੇ ਨੇ ਉਹਦੇ ਕੋਲ ਧਨ ਵੀ ਬੜਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੜਾ ਹੀ ਜੁੜਿਆ ਹੋਇਆ ਸਿੱਖ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਅਥਾਹ ਮੁਹੱਬਤ ਰੱਖਦਾ ਸੀ ਘਰ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਰੋਜ਼ਾਨਾ ਚੇਤੇ ਕਰਿਆ ਕਰਦਾ ਸੀ ਸਮਾਂ ਆਇਆ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤਾਂ ਹੋਈ ਪਰ ਜਦੋਂ ਬਾਲਾ ਪ੍ਰੀਤਮ ਚੋਜੀ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਗੱਦੀ ਤੇ ਸੁਭਾਏਮਾਨ ਹੋਏ ਖਬਰਾ ਦੂਰ ਦਰੇਡੇ ਇਲਾਕਿਆਂ ਤੱਕ ਪਹੁੰਚੀਆਂ ਕਿ ਬਾਲਾ ਪ੍ਰੀਤਮ ਸਤਗੁਰੂ ਅਜ ਗੁਰਗੱਦੀ ਤੇ ਸੁਭਾਏ ਮਾਨ ਨੇ ਹੈਗੇ ਪ੍ਰੀਤਮ ਨੇ ਹੈ ਅੱਲਾ ਦਾ ਨੂਰ ਹੈ ਖੁਦਾ ਦਾ ਨੂਰ ਹੈ ਪਰ ਖੁਦਾ ਦਾ ਨੂਰ ਦਿਦਾਰੇ ਬਾਲ ਦੇ ਰੂਪ ਦੇ ਵਿੱਚ ਦੇ ਰਿਹਾ ਬਾਲਾ ਪ੍ਰੀਤਮ ਕਿਹਾ ਜਾਂਦਾ ਹੈ ਕਹਿੰਦੇ ਦੁਲਚਾ ਮਸੰਦ ਹੋਇਆ ਕਰਦਾ ਸੀ ਕਾਬਲਵਲ ਮੁਲਤਾਨਵਲ ਜਾ ਕਰਕੇ ਸਿੱਖ ਸੰਗਤਾਂ ਦੀਆਂ ਭੇਟਾਂ ਇਕੱਠੀਆਂ ਕਰਕੇ ਗੁਰੂ ਦਰਬਾਰ ਵਿੱਚ ਆ ਕੇ ਅਰਪਣ ਕਰਿਆ ਕਰਦਾ ਸੀ ਉਹ ਦੁਲਚਾ ਮਸੰਦ ਮੁਲਤਾਨ ਦੇਸ਼ ਵਿੱਚ ਗਿਆ ਤਾਂ ਉਸ ਧਨੀ ਸੇਠ ਨੇ ਬਾਲਾ ਪ੍ਰੀਤਮ ਚੋਜੀ ਪਿਆਰੇ ਸਤਿਗੁਰੂ ਦੇ ਲਈ ਬੜੇ ਸੋਹਣੇ ਦੋ ਕੰਗਣ ਬਣਵਾ ਕੇ ਉਸ ਦੁਲਚੇ ਮਸੰਦ ਨੂੰ ਦਿੱਤੇ ਕਿ ਇਹ ਬਾਲਾ ਪ੍ਰੀਤਮ ਨੂੰ ਮੇਰੇ ਵੱਲੋਂ ਭੇਟਾ ਦੇ ਦੇਈ ਨਾਲ ਮੋਤੀਆਂ ਦਾ ਹਾਰ ਦਿੱਤਾ ਕੁਝ ਵਸਤਰ ਦਿੱਤੇ ਬڑے ਪ੍ਰੇਮ ਦੇ ਵਿੱਚ ਉਹਨੇ ਦੁਲਚੇ ਮਸੰਦ ਨੂੰ ਕਿਹਾ ਕਿ ਬਾਲਾ ਪ੍ਰੀਤਮ ਚੋਜੀ ਪਿਆਰੇ ਸਤਿਗੁਰੂ ਨੂੰ ਇਹ ਭੇਟਾ ਦੇ ਦੇਈ ਮੈਂ ਅਰਦਾਸ ਕਰਾਂਗਾ ਕਿ ਪਾਤਸ਼ਾਹ ਮੇਰੀ ਭੇਟਾ ਪ੍ਰਵਾਨ ਕਰ ਲੈਣ ਹੁਣ ਦੁਲਚੇ ਮਸੰਦ ਨੇ ਬਹੁਤ ਸੰਗਤਾਂ ਦੀ ਭੇਟਾ ਇਕੱਠੀ ਕਰ ਲਈ ਸੀ ਮਨ ਵਿੱਚ ਸੋਚਣ ਲੱਗਾ ਕਿ ਗੁਰੂ ਤੇ ਬਾਲਕ ਹੈ ਗੁਰੂ ਤੇ ਬੱਚਾ ਹੈ ਕਈ ਵਾਰ ਬਾਹਰ ਲੀਆਂ ਅੱਖਾਂ ਦੇ ਨਾਲ ਜਦੋਂ ਬੰਦਾ ਗੁਰੂ ਨੂੰ ਤੱਕਦਾ ਹੈ ਸ਼ੰਕੇ ਵਿੱਚ ਹੀ ਪੈਂਦਾ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬਾਹਰਲੀ ਅੱਖਾਂ ਨਾਲ ਕੋਈ ਤੱਕਦਾ ਸੀ ਬਾਲਕ ਸਮਝਦਾ ਸੀ ਪਰ ਜਿਹੜਾ ਅੰਦਰਲੀ ਅੱਖ ਨਾਲ ਤੱਕਦਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਾਰੇ ਦੁੱਖ ਦੂਰ ਕਰਦੇ ਸਨ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬਾਹਰਲੀ ਅੱਖਾਂ ਨਾਲ ਤੱਕਦਾ ਗ੍ਰੰਥ ਨਜ਼ਰ ਆਉਂਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬਾਹਰ ਨਹੀਂ ਅੱਖਾਂ ਨਾਲ ਤੱਕਦਾ ਰੁਮਾਲੇ ਨਜ਼ਰ ਆਉਂਦੇ ਨੇ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅੰਦਰਲੀ ਅੱਖ ਨਾਲ ਤੱਕਦਾ ਉਹਨਾਂ ਨੂੰ ਗੁਰੂ ਦੀ ਮੂਰਤ ਗੁਰੂ ਨਾਨਕ ਦੀ ਮੂਰਤ ਨਜ਼ਰ ਆਉਂਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਦੀ ਮੂਰਤ ਨਜ਼ਰ ਆਉਂਦੀ ਹੈ ਦੁਲਚੇ ਮਸੰਦ ਦਾ ਮਨ ਬੇਈਮਾਨ ਹੋ ਗਿਆ ਕਹਿਣ ਲੱਗਾ ਗੁਰੂ ਤੇ ਬੱਚਾ ਜੇ ਮੈਂ ਇੰਨਾ ਵਿੱਚੋਂ ਕੁਝ ਕੀ ਭੇਟਾ ਆਪਣੀ ਲੁਕਾ ਲਵਾਂ ਤੇ ਗੁਰੂ ਨੂੰ ਬਾਕੀ ਦੀ ਭੇਟਾ ਦੇ ਦਵਾਂ ਕੁਝ ਕੇ ਰੱਖ ਲਵਾਂ ਗੁਰੂ ਨੂੰ ਕਿਹੜਾ ਪਤਾ ਲੱਗਣਾ ਗੁਰੂ ਨੂੰ ਤੇ ਇਸ ਗੱਲ ਦਾ ਗਿਆਨ ਹੀ ਨਹੀਂ ਹੋਣਾ ਹੁਣ ਸ਼ੰਕਾ ਪੈ ਗਿਆ ਨਾ ਮਨ ਦੇ ਵਿੱਚ ਤ੍ਰਿਸ਼ਨਾ ਆ ਗਈ ਲਾਲਚ ਆ ਗਿਆ ਲਾਲਚ ਦਾ ਪਰਦਾ ਬੜਾ ਬੂਰਾ ਹੈ ਪਰਦਾ ਭਾਵੇਂ ਕਾਮ ਦਾ ਹੋਵੇ, ਕ੍ਰੋਧ ਦਾ ਹੋਵੇ, ਲੋਭ, ਮੋਹ, ਹੰਕਾਰ ਦਾ ਹੋਵੇ ਇਹ ਪਰਮਾਤਮਾ ਤੋਂ ਵਿਥ ਦਾ, ਪਰਮਾਤਮਾ ਤੋਂ ਦੂਰੀ ਦਾ ਕਾਰਨ ਬਣ ਜਾਂਦਾ ਹੈ। ਕਹਿੰਦੇ ਗੁਰੂ ਦਰਬਾਰਵਾਲ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਜਾ ਰਿਹਾ ਸੀ ਜਿਹੜੇ ਦੋ ਕੰਗਣ ਬਾਲਾ ਪ੍ਰੀਤਮ ਜੀ ਲਈ ਉਸ ਤਾਂ ਇਹ ਸੇਠ ਨੇ ਦਿੱਤੇ ਸਨ ਉਹ ਉਸਨੇ ਆਪਣੀ ਦਸਤਾਰ ਦੇ ਹੇਠਾਂ ਲੁਕਾ ਲਈ ਕਿ ਜੇ ਕਿਸੇ ਸੇਵਾਦਾਰ ਨੇ ਮੇਰੇ ਵਸਤਰਾਂ ਦੀ ਦੇਖ ਵੀ ਕੀਤੀ ਤਾਂ ਮੇਰੇ ਵਸਤਰਾਂ ਦੇ ਵਿੱਚੋਂ ਕੋਈ ਭੇਟਾ ਤੇ ਨਾ ਮਿਲੇਗੀ ਮੈਂ ਦਸਤਾਰ ਵਿੱਚ ਲੁਕਾ ਲੈਣਾ ਗੁਰੂ ਦਰਬਾਰ ਵਿੱਚ ਕੋਈ ਦਸਤਾਰ ਖੁਲਵਾ ਕੇ ਨਹੀਂ ਵੇਖੇਗਾ ਮਨ ਲਾਲਚੀ ਹੋ ਗਿਆ ਨਾ ਬੰਦਾ ਕਈ ਵਾਰ ਦੁਨੀਆ ਵਿੱਚ ਜਦੋਂ ਕੋਈ ਗਲਤ ਕੰਮ ਕਰਨ ਲੱਗਦਾ ਹੈ ਨਾ ਆਲੇ ਦੁਆਲੇ ਵੇਖਦਾ ਕੋਈ ਵੇਖਤੇ ਨਹੀਂ ਰਿਹਾ ਫਿਰ ਵੇਖਦਾ ਕਿਤੇ ਕੋਈ ਕੈਮਰਾ ਤੇ ਨਹੀਂ ਲੱਗਾ ਕਈ ਵਾਰ ਇਦਾਂ ਦੇ ਸੱਜਣ ਵੀ ਮਿਲਦੇ ਉਹ ਕਹਿੰਦੇ ਕਿ ਜਦੋਂ ਏਟੀਐਮ ਚੋਂ ਪੈਸੇ ਕਢਾਉਣੇ ਨਾ ਜਾ ਕੇ ਤੇ ਇੱਕ ਵਾਰ ਕੈਮਰੇ ਵੱਲ ਵੇਖਦੇ ਵੀ ਚੱਲਦਾ ਕਿ ਨਹੀਂ ਜੇ ਨਾ ਚੱਲਦਾ ਹੋਏ ਤੇ ਸਾਰੀ ਲੈ ਜੀਏ ਭਾਵ ਕੇ ਬਾਹਰਲੇ ਕੈਮਰੇ ਦਾ ਤੇ ਬੜਾ ਡਰ ਹੈ ਪਰ ਜਿਹੜਾ ਰੱਬ ਦਾ ਕੈਮਰਾ ਸਦਾ ਹੀ ਲੱਗਿਆ ਉਹਦਾ ਭੈ ਘਟਟ ਪਰ ਮਹਾਰਾਜ ਕਹਿੰਦੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛੁਪਾਵੈ ਹਰ ਪਲ ਤੈਨੂੰ ਵੇਖ ਰਿਹਾ ਤੇਰੇ ਅੰਦਰੋਂ ਤੈਨੂੰ ਵੇਖ ਰਿਹਾ ਕਹ ਰਵਿਦਾਸ ਹਾਥ ਪੈ ਨੇਰੇ ਉਹ ਤੇ ਤੇਰੇ ਅੰਦਰ ਬੈਠਾ ਜਿਹੜੇ ਨੇਤਰਾਂ ਨਾਲ ਤੂੰ ਬਾਹਰ ਤੱਕ ਰਿਹਾ ਇਹਨਾਂ ਨੇਤਰਾਂ ਦੇ ਨਾਲ ਹੀ ਉਹ ਤੇਰੀਆਂ ਕਰਤੂਤਾ ਤੇਰੇ ਕਰਮਾਂ ਨੂੰ ਵੇਖ ਰਿਹਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਦਸਤਾਰ ਵਿੱਚ ਕੰਗਣ ਲੁਕਾ ਲਏ ਬਾਲਾ ਪ੍ਰੀਤਮ ਦੇ ਸਾਹਮਣੇ ਜਾ ਕੇ ਸਾਰੀਆਂ ਭੇਟਾਵਾਂ ਅਰਪਣ ਕਰ ਦਿੱਤੀਆਂ ਕੀਰਤਨ ਹੋਇਆ ਗੁਰਬਾਣੀ ਦੀ ਕਥਾ ਹੋਈ ਬਾਲਾ ਪ੍ਰੀਤਮ ਚੋਜੀ ਪਿਆਰੇ ਸਤਿਗੁਰੂ ਨੇ ਨੇਤਰ ਖੋਲੇ ਦੁਲਚੇ ਮਸੰਦ ਵੱਲ ਨਿਗਾਹ ਭਰ ਕੇ ਤੱਕਿਆ ਹੁਣ ਵੇਖ ਦੁਲਚੇ ਮਸੰਦ ਨੇ ਵੀ ਮਹਾਰਾਜ ਨੂੰ ਲਿਆ ਕਿ ਮਹਾਰਾਜ ਮੇਰੇ ਵੱਲ ਵੇਖ ਰਹੇ ਨੇ ਪਰ ਕਹਿੰਦੇ ਅੱਖਾਂ ਬੰਦ ਕਰ ਲਈਆਂ ਤੇ ਬਾਲਾ ਪ੍ਰੀਤਮ ਚੋਜੀ ਪਿਆਰੇ ਸਤਿਗੁਰੂ ਹੱਸ ਪਏ ਤੇ ਦੁਲਚੇ ਮਸੰਦ ਨੂੰ ਕਹਿਣ ਲੱਗੇ ਦੁਲਚਿਆ ਅੱਜ ਗੁਰੂ ਦਰਬਾਰ ਵਿੱਚ ਆ ਕੇ ਅੱਖਾਂ ਬੰਦ ਕਰਕੇ ਮਾੜੇ ਕਰਮ ਲੋਕ ਨਹੀਂ ਸਕਦੇ ਦੁਲਚਾ ਮਸੰਦ ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੁਲਚਿਆ ਮਸੰਦ ਜੋ ਤੈਨੂੰ ਸਿੱਖਾਂ ਨੇ ਭੇਟਾਂ ਦਿੱਤੀਆਂ ਸਨ ਕਿ ਤੂੰ ਸਾਰੀਆਂ ਭੇਟਾਂ ਗੁਰੂ ਦਰਬਾਰ ਵਿੱਚ ਰੱਖ ਚੁੱਕਿਆ ਫਿਰ ਵੀ ਪੜਦਾ ਸੀ ਨਾ ਕਹਿਣ ਲੱਗਾ ਗੁਰੂ ਕਿਹੜਾ ਅੰਤਰਜਾਮੀ ਕਹਿਣ ਲੱਗਾ ਜੀ ਮਹਾਰਾਜ ਕੱਲੀ-ਕੱਲੀ ਭੇਟਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖ ਰੱਖ ਦਿੱਤੀ ਆ ਸਤਗੁਰੂ ਕਹਿਣ ਲੱਗੇ ਦੁਲਚਿਆ ਵੇਖ ਲੈ ਇੱਕ ਵਾਰ ਕਿਤੇ ਭੁੱਲ ਭੁਲੇਖੇ ਦੇ ਨਾਲ ਕੋਈ ਰਹਿ ਨਾ ਗਈ ਹੋਵੇ ਸਤਗੁਰੂ ਤੇ ਮਾਤਾ ਪਿਤਾ ਨੇ ਨਾ ਫਿਰ ਵੀ ਇਸ਼ਾਰਾ ਕਰਕੇ ਸਿੱਖ ਨੂੰ ਸਮਝਾਉਂਦੇ ਨੇ ਕਿਤੇ ਡੋਲ ਨਾ ਜਾਵੇ ਬਚ ਜਾਵੇ ਸਤਿਗੁਰੂ ਤੇ ਆਪਣੇ ਸਿੱਖ ਨੂੰ ਬਚਾਉਣ ਦੇ ਲਈ ਵੇਸਵਾ ਦੇ ਦੁਆਰੇ ਤੇ ਖੜ ਕੇ ਪਹਿਰਾ ਵੀ ਦੇ ਲੈਂਦੇ ਨੇ ਕਿ ਜਿਹੜਾ ਮੇਰੇ ਜੋਗਾ ਹੋਇਆ ਸੀ ਜੋਗਾ ਸਿੰਘ ਕਿਤੇ ਡੋਲ ਨਾ ਜਾਵੇ ਜੇ ਗੁਰੂ ਦੀ ਕਿਰਪਾ ਹੋ ਜਾਵੇ ਡੋਲਣੋਂ ਬਚ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਕਿਤੇ ਕੋਈ ਭੁਲੇਖੇ ਦੇ ਨਾਲ ਇੱਧਰ ਉੱਧਰ ਰਹਿਣਾ ਗਈ ਹੋਵੇ ਭੇਟਾ ਜਰਾ ਧਿਆਨ ਨਾਲ ਵੇਖ ਕਹਿਣ ਲੱਗਾ ਜੀ ਨਹੀਂ ਮਹਾਰਾਜ ਮੇਰੀ ਵੀਨੇ ਸਾਲਾਂ ਦੀ ਗੁਰੂ ਦਰਬਾਰ ਵਿੱਚ ਸੇਵਾ ਸੱਚੇ ਪਾਤਸ਼ਾਹ ਮੇਰੀ ਸੇਵਾ ਦੇ ਉੱਤੇ ਸ਼ੰਕਾ ਨਾ ਕਰੋ ਮੇਰੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਕੋਈ ਕੁਤਾਹੀ ਨਹੀਂ ਸੱਚੇ ਪਾਤਸ਼ਾਹ ਤੁਸੀਂ ਤੇ ਬਾਲਕ ਉਹ ਬਾਲਕਾਂ ਵਾਲੇ ਚੋਜਪੇ ਕਰਦੇ ਹੋ ਪਰ ਮੇਰੀ ਇਨੀ ਸਾਲ ਦੀ ਸੇਵਾ ਇਨੀ ਸਾਲ ਦੀ ਜੋ ਇੱਜ਼ਤ ਹੈ ਕਿਤੇ ਉਹਦਾ ਮਜ਼ਾਕ ਨਾ ਬਣਾਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਇਹ ਚੋਜ ਮੇਰੇ ਨਹੀਂ ਇਹ ਚੋਜ ਤੇ ਸੂਰੇ ਗੁਰੂ ਤੇਗ ਬਹਾਦਰ ਦੇ ਨੇ ਇਹ ਚੋਜ ਤੇ ਉਸ ਸੱਚੇ ਪਾਤਸ਼ਾਹ ਦੇ ਨੇ ਜਿਸ ਸੱਚੇ ਪਾਤਸ਼ਾਹ ਦੇ ਸਿੱਖ ਨੇ ਤੈਨੂੰ ਭੇਟਾ ਕੰਗਣਾ ਦੀ ਦਿੱਤੀ ਸੀ ਜਦੋਂ ਬਾਲਾ ਪ੍ਰੀਤਮ ਨੇ ਇਹ ਗੱਲ ਕਹੀ ਕਹਿੰਦੇ ਅਚਾਨਕ ਉਹਦੀ ਦਸਤਾਰ ਆਪਣੇ ਆਪ ਹੀ ਗੁਰੂ ਦਰਬਾਰ ਵਿੱਚ ਖੁੱਲ ਗਈ। ਜਦੋਂ ਦਸਤਾਰ ਦੇ ਲੜ ਢਿੱਲੇ ਹੋਏ ਤੇ ਦਸਤਾਰ ਦੇ ਵਿੱਚੋਂ ਦੋ ਕੰਗਣ ਆ ਕੇ نیچے गिर ਗਏ। ਤੇ ਬਾਲਾ ਪ੍ਰੀਤਮ ਚੋਜੀ ਪਿਆਰੇ ਸਤਗੁਰੂ ਹੱਸ ਪਏ ਮੁਸਕਰਾ ਪਏ ਕਹਿਣ ਲੱਗੇ ਦੁਲਚਿਆ ਇਹ ਗੁਰਨਾਨਕ ਦਾ ਦਰਬਾਰ ਹੈ। ਇੱਥੇ ਜਿਹੜਾ ਆਪਣੇ ਔਗਣ ਕਬੂਲ ਕਰ ਲਵੇ ਉਹਦੇ ਔਗਣ ਬਖਸ਼ੇ ਜਾਂਦੇ ਨੇ ਜਿਹੜਾ ਪਾਪੀ ਆ ਕੇ ਕਹਿ ਦਵੇ ਮੈਂ ਪਾਪੀ ਹਾਂ ਬਾਬਾ ਨਾਨਕ ਉਹਨੂੰ ਸੰਤ ਬਣਾ ਦਿੰਦਾ ਪਰ ਜਿਹੜਾ ਪਾਪੀ ਇਥੇ ਆ ਕੇ ਕਹਿ ਦਵੇ ਮੈਂ ਸੰਤ ਆ ਬਾਬਾ ਨਾਨਕ ਉਹਦੇ ਵੱਲ ਵੇਖਦਾ ਵੀ ਨਹੀਂ ਭਾਵ ਆਪਣੇ ਔਗਣ ਕਬੂਲਣ ਦੀ ਆਪਣੀਆਂ ਭੁੱਲਾਂ ਕਬੂਲਣ ਦੀ ਜਾਚ ਆਉਣੀ ਚਾਹੀਦੀ ਏ ਕਹਿਣ ਲੱਗਾ ਮਹਾਰਾਜ ਮੈਂ ਮਾਫੀ ਮੰਗਦਾ ਭੁੱਲਾਂ ਦੀ ਖਿਮਾ ਮੰਗਦਾ ਮੇਰੇ ਤੋਂ ਗੁਨਾਹ ਹੋ ਗਿਆ ਮੈਂ ਤੁਹਾਨੂੰ ਬਾਲਕ ਸਮਝਿਆ ਪਰ ਆਪ ਜੀ ਤਾਂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ ਕੱਲੇ ਕੱਲੇ ਜੀਵ ਦੇ ਉੱਤੇ ਰੱਬ ਦੀ ਨਿਗਾਹ ਟਿਕੀ ਹੋਈ ਹੈ ਰੱਬ ਵੇਖ ਰਿਹਾ ਹੈ ਅੱਜ ਵੀ ਰੱਬ ਵੇਖ ਰਿਹਾ ਸਦਾ ਵੇਖਦਾ ਰਹੇਗਾ ਇਸ ਕਰਕੇ ਕਰਮ ਕਮਾਉਣ ਤੋਂ ਪਹਿਲਾਂ ਹਰ ਵਕਤ ਬੰਦੇ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਕਰਮ ਕਮਾਰਿਆ ਇਹ ਕਰਮ ਕਮਾ ਕੇ ਗੁਰੂ ਅੱਗੇ ਕਿਹੜਾ ਮੂੰਹ ਲੈ ਕੇ ਜਾਵਾਂਗਾ ਜੇ ਬਾਣੀ ਵਿੱਚ ਲਿਖਿਆ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਧੂਰੇ ਇੱਥੇ ਬਾਰ ਬਾਰ ਦੱਸਣਾ ਨਹੀਂ ਪੈਂਦਾ ਗੁਰੂ ਅੰਤਰਜਾਮੀ ਹੈ ਕੋਈ ਵੀ ਸਿੱਖ ਆਪਣੇ ਜੀਵਨ ਦੇ ਵਿੱਚ ਅਨੁਭਵ ਕਰ ਸਕਦਾ ਹੈ ਕਿ ਗੁਰੂ ਕਿਤਨੀ ਕਲਾ ਦਾ ਮਾਲਕ ਦੁਲਚੇ ਮਸੰਦ ਨੇ ਬੜਾ ਸ਼ਰਮਿੰਦਾ ਹੋਇਆ ਹਰਦਾਸ ਜੀ ਦੇ ਕਹਿਣ ਦੇ ਉੱਤੇ ਬਾਲਾ ਪ੍ਰੀਤਮ ਚੋਜੀ ਪਿਆਰੇ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਨਦਾਨ ਐ ਭੋਲਾ ਐ ਇਹਦੀਆਂ ਭੁੱਲਾਂ ਬਖਸ਼ੋ ਸਤਿਗੁਰੂ ਕਹਿਣ ਲੱਗੇ ਅਸੀਂ ਇਹਦੇ ਤੋਂ ਰੋਸ ਵਿੱਚ ਨਹੀਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਜਿਹੜਾ ਭੁੱਲਾਂ ਕਰਕੇ ਆਪਣੀਆਂ ਭੁੱਲਾਂ ਕਬੂਲ ਲਵੇ ਗੁਰੂ ਨਾਨਕ ਦਾ ਦਰਬਾਰ ਜ਼ਰੂਰ ਬਖਸ਼ਦਾ ਹੈ ਪਰ ਇੱਕ ਗੱਲ ਚੇਤੇ ਰੱਖਿਓ ਗੁਰੂ ਨਾਨਕ ਸਾਹਿਬ ਦਾ ਦਰਬਾਰ ਭੇਟਾਂ ਦਾ ਮਹਤਾਜ ਨਹੀਂ ਗੁਰੂ ਨਾਨਕ ਸਾਹਿਬ ਦਾ ਦਰਬਾਰ ਤੁਹਾਡੀ ਚੜ੍ਹਾਈ ਹੋਈ ਮਾਇਆ ਦਾ ਮਹਤਾਜ ਨਹੀਂ ਸੋਨੇ ਦਾ ਮਹਤਾਜ ਨਹੀਂ ਵਸਤਰਾਂ ਦਾ ਮਹਤਾਜ ਨਹੀਂ ਬਲਕੇ ਗੁਰੂ ਨਾਨਕ ਸਾਹਿਬ ਦਾ ਦਰਬਾਰ ਆਪਣੇ ਸਿੱਖ ਦੀ ਭੇਟਾਂ ਨੂੰ ਨਹੀਂ ਉਡੀਕਦਾ ਆਪਣੇ ਸਿੱਖ ਦੇ ਪ੍ਰੇਮ ਨੂੰ ਸਦਾ ਹੀ ਉਡੀਕਦਾ ਰਹਿੰਦਾ ਓ ਸਿੱਖ ਨੇ ਪ੍ਰੇਮ ਦੇ ਨਾਲ ਕੰਗਣ ਦਿੱਤੇ ਸਨ ਉਸ ਸਿੱਖ ਨੇ ਬਾਰ ਬਾਰ ਕਿਹਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਇਹ ਭੇਟਾ ਅਰਪਣ ਕਰਦੇ ਹੀ ਅਸੀਂ ਇਸ ਕਰਕੇ ਇਹ ਕੋਤਕ ਕੀਤਾ ਪਿਆਰ ਵਾਲਿਓ ਜਿਹੜਾ ਪ੍ਰੇਮ ਦੇ ਨਾਲ ਗੁਰੂ ਅੱਗੇ ਭੇਟਾ ਲੈ ਕੇ ਜਾਂਦਾ ਹੈ ਪ੍ਰੇਮ ਦੇ ਨਾਲ ਬਾਣੀ ਪੜ੍ਹਦਾ ਹੈ ਗੁਰੂ ਸਾਹਿਬ ਉਹਦਾ ਪ੍ਰੇਮ ਜ਼ਰੂਰ ਉਡੀਕਦੇ ਨੇ ਉਹਦੇ ਪ੍ਰੇਮ ਬਾਰੇ ਜ਼ਰੂਰ ਜਾਣਦੇ ਨੇ ਪ੍ਰੇਮ ਦੀ ਕੋਈ ਹੱਦ ਨਹੀਂ ਹੁੰਦੀ ਕਹਿੰਦੇ ਦਿੱਲੀ ਦਰਬਾਰ ਦੇ ਵਿੱਚ ਬਾਦਸ਼ਾਹ ਦਿੱਲੀ ਦੇ ਬਾਦਸ਼ਾਹ ਨੇ ਕਾਬਲ ਆਪਣੇ ਹੁਕਮਰਾਨਾਂ ਨੂੰ ਹੁਕਮ ਭੇਜੇ ਆਪਣੇ ਵਜ਼ੀਰਾਂ ਨੂੰ ਹੁਕਮ ਭੇਜੇ ਕਿ ਇੱਕ ਬਹੁਤ ਸੁੰਦਰ ਸ਼ਮਿਆਨਾ ਤਿਆਰ ਕੀਤਾ ਜਾਵੇ ਸ਼ਮਿਆਨਾ ਤੋਂ ਭਾਵ ਤੰਬੂ ਤਿਆਰ ਕੀਤਾ ਜਾਵੇ ਜਿਸ ਵਿੱਚ ਰਾਜ ਸਭਾ ਲਗਿਆ ਕਰੇਗੀ ਐਸਾ ਸ਼ਮਿਆਨਾ ਤਿਆਰ ਕਾਬਲ ਦੀ ਧਰਤੀ ਤੋਂ ਕੀਤਾ ਜਾਵੇ ਕਿ ਉਹ ਜਿਆ ਸ਼ਮਿਆਨਾ ਇਸ ਧਰਤੀ ਤੇ ਦੂਸਰਾ ਨਾ ਹੋਵੇ ਬਹੁਤ ਸੁੰਦਰ ਕਲੀਨ ਹੋਣੇ ਚਾਹੀਦੇ ਗਲੀਚੇ ਹੋਣੇ ਚਾਹੀਦੇ ਨੇ ਬਹੁਤ ਸੋਹਣੇ ਹੱਥਾਂ ਦੇ ਵਿੱਚ ਪਕੜਨ ਵਾਲੇ ਵੱਡੇ ਵੱਡੇ ਪੱਖੇ ਵੀ ਹੋਣੇ ਚਾਹੀਦੇ ਨੇ ਬਾਦਸ਼ਾਹ ਬਹੁਤ ਕੀਮਤੀ ਸ਼ਮਿਆਨਾ ਤਿਆਰ ਕੀਤਾ ਜਾਵੇ ਬਾਦਸ਼ਾਹ ਨੇ ਹੁਕਮ ਕੀਤਾ ਤੇ ਕਾਬਲ ਤੋਂ ਬਾਦਸ਼ਾਹ ਦੇ ਵਜ਼ੀਰਾਂ ਨੇ ਦਿੱਲੀ ਦੇ ਬਾਦਸ਼ਾਹ ਦੇ ਲਈ ਸ਼ਮਿਆਨਾ ਤਿਆਰ ਕਰਕੇ ਦਿੱਲੀ ਦਰਬਾਰ ਵਿੱਚ ਭੇਜਿਆ ਬਾਦਸ਼ਾਹ ਉਸ ਸ਼ਮਿਆਨੇ ਦੇ ਵਿੱਚ ਬੈਠ ਕਰਕੇ ਰਾਜ ਸਭਾ ਦੇ ਵਿੱਚ ਫਰਜ਼ਾ ਦੇ ਨਾਲ ਬਚਨ ਬਿਲਾਸ਼ ਕਰਿਆ ਕਰਦਾ ਸੀ ਦਿੱਲੀ ਦੀ ਸਿੱਖ ਸੰਗਤ ਨੇ ਵੀ ਉਹ ਸ਼ਮਿਆਣਾ ਵੇਖਿਆ ਤੇ ਦਿੱਲੀ ਦੀ ਸੰਗਤ ਦੇ ਮਨ ਵਿੱਚ ਭਾਵਨਾ ਹੀ ਕਿ ਤੇ ਦੁਨੀਆ ਦਾ ਝੂਠਾ ਬਾਦਸ਼ਾਹ ਹੈ ਫਿਰ ਵੀ ਇਤਨਾ ਸੁੰਦਰ ਸ਼ਮਿਆਣਾ ਆਪਣੇ ਦਰਬਾਰ ਦੇ ਵਿੱਚ ਆਪਣੇ ਹੁਕਮ ਦੇ ਨਾਲ ਤਿਆਰ ਕਰਵਾ ਕੇ ਲਿਆਇਆ ਹੈ ਸਾਡੇ ਸੱਚੇ ਪਾਤਸ਼ਾਹ ਨੇ ਬਾਲਾ ਪ੍ਰੀਤਮ ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਨਾ ਕਲਗੀ ਧਰ ਸਵਾਮੀ ਦੇ ਲਈ ਇਸ ਤੋਂ ਵੀ ਵੱਧ ਕੀਮਤ ਵਾਲਾ ਤੇ ਇਸ ਤੋਂ ਵੀ ਸੁੰਦਰ ਬੇਸ਼ੁਮਾਰ ਕੀਮਤੀ ਸ਼ਮਿਆਨਾ ਤਿਆਰ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਜਾਇਆ ਜਾਵੇ ਹੁਣ ਜਿਹੜੀ ਦਿੱਲੀ ਦੀ ਸਿੱਖ ਸੰਗਤ ਇਹ ਸ਼ੁਰੂ ਤੋਂ ਮਾਣ ਮਿਲਦਾ ਰਿਹਾ ਕਿ ਗੁਰੂ ਦਰਬਾਰ ਦੇ ਵਿੱਚ ਪ੍ਰੇਮ ਦੇ ਵਿੱਚ ਕਾਫੀ ਪੇਟਾਵਾਂ ਦਿੱਲੀ ਦੀ ਸੰਗਤ ਵੱਲੋਂ ਦਿੱਤੀਆਂ ਜਾਂਦੀਆਂ ਇਹਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਚ ਲਿਖਿਆ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਦਿੱਲੀ ਦੀ ਸੰਗਤ ਲਈ ਲਿਖਿਆ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਜਿਸ ਵਕਤ ਬੰਦਾ ਸਿੰਘ ਬਹਾਦਰ ਨੂੰ ਹਜੂਰ ਸਾਹਿਬ ਦੀ ਧਰਤੀ ਤੋਂ ਵੀ ਮਹਾਰਾਜ ਨੇ 25 ਸਿੰਘ ਦੇ ਕਰਕੇ ਭੇਜਿਆ ਪੰਜਾਬ ਦੀ ਧਰਤੀ ਵੱਲ ਉਸ ਵਕਤ ਵੀ ਕਹਿੰਦੇ ਨੇ ਜਦੋਂ ਸਿੰਘਾਂ ਦੇ ਕੁਲ ਖਜ਼ਾਨੇ ਖਾਲੀ ਹੋ ਗਏ ਦਿੱਲੀ ਪਹੁੰਚੇ ਸਨ ਇੱਥੇ ਅਰਦਾਸ ਕੀਤੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਕਿ ਪਾਤਸ਼ਾਹ ਅੰਮ੍ਰਿਤ ਦਾ ਪ੍ਰਚਾਰ ਕਰਨਾ ਹੈ ਫੌਜ ਤਿਆਰ ਕਰਨੀ ਹੈ ਫੌਜਾਂ ਨੂੰ ਸ਼ਸਤਰ ਲੈ ਕੇ ਦੇਣੇ ਨੇ ਤਾਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਜਾਵੇਗੀ ਕਹਿੰਦੇ ਉਸ ਵਕਤ ਵੀ ਦਿੱਲੀ ਦੀ ਇੱਕ ਸਿੱਖ ਸੰਗਤ ਦਾ ਜਥਾ ਜਾ ਰਿਹਾ ਸੀ ਉਹਨਾਂ ਨੇ ਗੁਰੂ ਕੇ ਸਿੰਘਾਂ ਨੂੰ ਵੇਖਿਆ ਆਪਣੇ ਗੱਡੇ ਰੋਕ ਕਰਕੇ ਸਿੰਘਾਂ ਨੂੰ ਬਹੁਤ ਵੱਧ ਭੇਟਾ ਦਿੱਤੀ ਵਸਤਰ ਦਿੱਤੇ ਤੇ ਮਾਇਆ ਦੀ ਭੇਟਾ ਵੀ ਦਿੱਤੀ ਕਹਿੰਦੇ ਪ੍ਰੇਮ ਦੇ ਵਿੱਚ ਦਿੱਲੀ ਦੀ ਸੰਗਤ ਨੇ ਸੋਚਿਆ ਇਹੋ ਜਿਹਾ ਆਨੰਦਪੁਰ ਸਾਹਿਬ ਲਈ ਸ਼ਮਿਆਣਾ ਤਿਆਰ ਕੀਤਾ ਜਾਵੇ ਹੁਣ ਸ਼ਮਿਆਣਾ ਤਿਆਰ ਹੋਇਆ ਸੀ ਕਾਬਲ ਦੀ ਧਰਤੀ ਤੋਂ ਤੇ ਕਾਬਲ ਦੀ ਧਰਤੀ ਦੇ ਵਿੱਚ ਹੀ ਦਿੱਲੀ ਦੀ ਸਿੱਖ ਸੰਗਤ ਗਈ ਉੱਥੇ ਗੁਰੂ ਕੇ ਸਿੱਖ ਬਹੁਤ ਵੱਸਦੇ ਸਨ ਅੱਜ ਵੀ ਦਿੱਲੀ ਵਿੱਚ ਵੀ ਕਾਬਲ ਦੀ ਕਾਫੀ ਸਿੱਖ ਸੰਗਤ ਵੱਸਦੀ ਹੈ ਜੋ ਕਾਬਲ ਤੋਂ ਆ ਕਰਕੇ ਇੱਥੇ ਦਿੱਲੀ ਵਿੱਚ ਵਸ ਚੁਕੇ ਨੇ ਕਹਿੰਦੇ ਉਸ ਧਰਤੀ ਤੇ ਜਦੋਂ ਇਹ ਬੇਨਤੀ ਕੀਤੀ ਗਈ ਕਾਬਲ ਦੀ ਸੰਗਤ ਨੂੰ ਕਿ ਇਹੋ ਜਿਹਾ ਕੋਈ ਕਾਰੀਗਰ ਲੱਭਿਆ ਜਾਵੇ ਜਿਹੜਾ ਦਿੱਲੀ ਦੇ ਬਾਦਸ਼ਾਹ ਦੇ ਸ਼ਮਿਆਨੇ ਤੋਂ ਵੀ ਵੱਧ ਸੋਹਣਾ ਸ਼ਮਿਆਨਾ ਤਿਆਰ ਕਰੇ ਕਹਿੰਦੇ ਕਾਬਲ ਦੀ ਸੰਗਤ ਨੇ ਵੀ ਮਨ ਦੇ ਵਿੱਚ ਚਾਹ ਪੈਦਾ ਕੀਤਾ ਪ੍ਰੇਮ ਦੇ ਨਾਲ ਐਸਾ ਸ਼ਮਿਆਨਾ ਫਿਰ ਤਿਆਰ ਹੋਇਆ ਬਹੁਤ ਸੁੰਦਰ ਕਲੀਨ ਤਿਆਰ ਕੀਤੇ ਗਏ ਸੱਚੇ ਪਾਤਸ਼ਾਹ ਦੇ ਲਈ ਬਹੁਤ ਸੁੰਦਰ ਆਸਣ ਲਾਉਣ ਵਾਸਤੇ ਚਾਦਰਾਂ ਤਿਆਰ ਕੀਤੀਆਂ ਗਈਆਂ ਹੱਥੀ ਕੜਾਈਆਂ ਕੀਤੀਆਂ ਗਈਆਂ ਔਰ ਕਹਿੰਦੇ ਉਹ ਤਿਆਰ ਕਰਵਾ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਜਿਸ ਵਕਤ ਵਿਸਾਖੀ ਦਾ ਦੀਵਾਨ ਆਇਆ ਨਾ ਕਹਿੰਦੇ ਵਿਸਾਖੀ ਦੇ ਦੀਵਾਨ ਦੇ ਉੱਪਰ ਉਹ ਸ਼ਮਿਆਣਾ ਵੀ ਲਾਇਆ ਗਿਆ ਤੇ ਉਸ ਸ਼ਮਿਆਣੇ ਦੇ ਵਿੱਚ ਸਾਰੇ ਪਾਸੇ ਸਿੱਖ ਸੰਗਤ ਸਜੀ ਤੇ ਬਿਲਕੁਲ ਵਿਚਕਾਰ ਸ਼ਮਿਆਣੇ ਦੇ ਬਾਲਾ ਪ੍ਰੀਤਮ ਚੋਜੀ ਪਿਆਰੇ ਕਲਗੀਧਰ ਸਵਾਮੀ ਦੇ ਲਈ ਇੱਕ ਬਹੁਤ ਸੋਹਣਾ ਆਸਣ ਲਾਇਆ ਗਿਆ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਇਸ ਆਸਣ ਦੇ ਉੱਪਰ ਆ ਕਰਕੇ ਸੁਭਾਏਮਣ ਹੋ। ਪ੍ਰੇਮ ਦੇ ਵਿੱਚ ਸ਼ਮਿਆਣਾ ਤਿਆਰ ਕੀਤਾ ਦਿੱਲੀ ਤੇ ਕਾਬਲ ਦੀ ਸੰਗਤ ਨੇ ਸੱਚੇ ਪਾਤਸ਼ਾਹ ਸੁਭਾਏਮਣ ਹੋਏ ਵਿਸਾਖੀ ਦਾ ਦੀਵਾਨ ਲਾਇਆ ਤੇ ਖਾਲਸਾ ਜੀ ਸਤਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਰਹਿਮਤਾਂ ਕਰਕੇ ਬਖਸ਼ਿਸ਼ਾਂ ਕਰਕੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਵੰਡੀਆਂ ਮਨ ਬਾਣਸ਼ਤ ਫਲ ਪਾਵੈ ਸੋਈ ਦੂਖ ਨਾ ਤਿਸੈ ਵਿਆਪਤ ਕੋਈ ਮੈਂ ਬੇਨਤੀ ਤਾਂ ਕੀਤੀ ਵੀ ਜਦੋਂ ਕੋਈ ਪ੍ਰੇਮ ਦੇ ਵਿੱਚ ਬਾਣੀ ਪੜ੍ਹਦਾ ਹੈ ਜਾਂ ਪ੍ਰੇਮ ਵਿੱਚ ਕੋਈ ਭੇਟਾ ਤਿਆਰ ਕਰਦਾ ਹੈ ਕੋਈ ਪ੍ਰੇਮ ਦੇ ਵਿੱਚ ਆਪਣੇ ਘਰ ਵਿੱਚ ਬਹਿ ਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਵੀ ਗੁਰੂ ਨੂੰ ਆਵਾਜ਼ ਲਾਉਂਦਾ ਹੈ ਗੁਰੂ ਭੇਟਾ ਜ਼ਰੂਰ ਪ੍ਰਵਾਨ ਕਰਦਾ ਹੈ ਗੁਰੂ ਉਸ ਭੇਟਾ ਨੂੰ ਜ਼ਰੂਰ ਅੰਗੀਕਾਰ ਕਰਦਾ ਹੈ ਬੇਨਤੀ ਕਰਾਂ ਸਭ ਤੋਂ ਵੱਧ ਜ਼ਰੂਰੀ ਬਾਣੀ ਪੜਨ ਲੱਗਿਆਂ ਜੇ ਕੁਝ ਹੈ ਤੇ ਪ੍ਰੇਮ ਹੈ ਭਾਵਨਾ ਹੈ ਮੈਂ ਬੇਨਤੀ ਕਰਾਂ ਇਹ ਸ਼ੁਰੂ ਤੋਂ ਪ੍ਰਾਚੀਨ ਸਮੇਂ ਤੋਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਚਾਰ ਆਰੰਭ ਕੀਤਾ ਜਿਸ ਤਰ੍ਹਾਂ ਸੰਗਤ ਜੁੜਦੀ ਰਹੀ ਸੰਗਤ ਆਪਣੇ ਸਤਿਗੁਰੂ ਦੇ ਲਈ ਵੱਧ ਤੋਂ ਵੱਧ ਭੇਟਾ ਲੈ ਕਰਕੇ ਗੁਰੂ ਦਰਬਾਰ ਵਿੱਚ ਜਾਇਆ ਕਰਦੇ ਸਨ ਤੇ ਬੇਨਤੀ ਕਰਾਂ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਦਰਬਾਰ ਦੇ ਵਿੱਚ ਗੁਰੂ ਘਰਾਂ ਵਿੱਚ ਸੰਗਤਾਂ ਰੋਜ਼ਾਨਾ ਨਮਸਕਾਰ ਕਰਦੀਆਂ ਬੜਾ ਕਲਯੁਗ ਦਾ ਸਮਾਂ ਸ਼ੰਕੇ ਪਾਏ ਜਾਂਦੇ ਗੁਰੂ ਨੂੰ ਭੇਟਾ ਦੀ ਕੀ ਲੋੜ ਗੁਰੂ ਨੂੰ ਰਮਾਲਿਆਂ ਦੀ ਕੀ ਲੋੜ ਗੁਰੂ ਨੂੰ ਕੜਾਹ ਦੀ ਕੀ ਲੋੜ ਖਾਲਸਾ ਜੀ ਲੋੜ ਗੁਰੂ ਨੂੰ ਕਿਸੇ ਗੱਲ ਦੀ ਨਹੀਂ ਭਾਵੇਂ ਸਾਰੀ ਦੁਨੀਆ ਕਹੀ ਜਾਵੇ ਅਸੀਂ ਗੁਰੂ ਨੂੰ ਨਹੀਂ ਮੰਨਦੇ ਗੁਰੂ ਦੀ ਪਾਤਸ਼ਾਹੀ ਨੂੰ ਕੋਈ ਤਾਂ ਵੀ ਦਾਵਾ ਨਹੀਂ ਕਰ ਸਕਦਾ ਕਿਉਂਕਿ ਗੁਰੂ ਦਾ ਤਖਤ ਸੱਚਾ ਹੈ ਤੇ ਇਸ ਸੱਚੇ ਤਖਤ ਨੂੰ ਝੂਠੇ ਲੋਕਾਂ ਦੀ ਖੁਸ਼ਾਮਦੀ ਨਹੀਂ ਚਾਹੀਦੀ ਪਰ ਗੁਰੂ ਦੀ ਬਖਸ਼ਿਸ਼ ਲੈਣ ਦੇ ਲਈ ਗੁਰੂ ਦੀ ਕਿਰਪਾ ਦੇ ਲਈ ਹਰ ਇੱਕ ਸਿੱਖ ਦਾ ਆਪੋ ਆਪਣਾ ਪ੍ਰੇਮ ਹੁੰਦਾ ਇੱਕ ਭਾਵਨਾ ਹੁੰਦੀ ਹੈ ਤੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਭੇਟਾ ਨਹੀਂ ਦੇਣੀ ਚਾਹੁੰਦਾ ਪਰ ਭੇਟਾ ਦੇਣ ਵਾਲਿਆਂ ਨੂੰ ਤੋੜੇ ਤੇ ਨਾ ਜੇ ਕੋਈ ਆਪਣੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਲਈ ਰੁਮਾਲਾ ਤਿਆਰ ਕਰਕੇ ਲਿਆਇਆ ਤੇ ਉਹਦੀ ਭਾਵਨਾ ਹੈ ਗੁਰੂ ਨੇ ਅੰਗੀਕਾਰ ਕਰਨਾ ਜੇ ਕੋਈ ਕੜਾ ਪ੍ਰਸ਼ਾਦ ਤਿਆਰ ਕਰਕੇ ਲਿਆਇਆ ਗੁਰੂ ਅੱਗੇ ਅਰਦਾਸ ਕਰੇਗਾ ਗੁਰੂ ਨੇ ਉਹ ਵੀ ਪ੍ਰਵਾਨ ਕਰਨੀ ਹੈ ਲੋੜ ਹੈ ਭਾਵਨਾ ਦੀ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੰਗਤ ਵਿੱਚ ਜਾਣੇ ਆ ਸੰਗਤ ਵਿੱਚ ਜਾ ਕੇ ਗੁਰੂ ਕਿਵੇਂ ਮਿਲੇਗਾ ਰੱਬ ਕਿਵੇਂ ਮਿਲੇਗਾ ਖੁਦਾ ਦੇ دیدارੇ ਕਿਵੇਂ ਹੋਣਗੇ ਨਾਮ ਰਸ ਕਿਵੇਂ ਮਿਲੇਗਾ ਮਹਾਰਾਜ ਨੇ ਕਿਹਾ ਭਾਵਨੀ ਸਾਧ ਸੰਗੇਨ ਲਭੰਤੰ ਭਾਵਨਾ ਦੇ ਨਾਲ ਜਦੋਂ ਗੁਰੂ ਕਾ ਸਿੱਖ ਸੰਗਤ ਵਿੱਚ ਜਾ ਕੇ ਅਰਦਾਸ ਕਰਦਾ ਜਾਂ ਗੁਰੂ ਦਰਬਾਰ ਦੇ ਵਿੱਚ ਕੋਈ ਭੇਟਾ ਰੱਖਦਾ ਖਾਲਸਾ ਜੀ ਉਹ ਭੇਟਾ ਗੁਰੂ ਜ਼ਰੂਰ ਪ੍ਰਵਾਨ ਕਰਦਾ ਕੋਈ ਗੁਰੂ ਦੇ ਲਈ ਇੱਕ ਫੁੱਲ ਭੇਟਾ ਵਿੱਚ ਲੈ ਆਵੇ ਗੁਰੂ ਨੇ ਉਹ ਵੀ ਪ੍ਰਵਾਨ ਕਰਨਾ ਹੈ ਕੋਈ ਗੁਰੂ ਦੇ ਲਈ ਇੱਕ ਪਤਾਸਾ ਹੀ ਲੈ ਆਵੇ ਅਸੀਂ ਗੁਰੂ ਨੂੰ ਕੁਝ ਦੇ ਨਹੀਂ ਸਕਦੇ ਪਰ ਗੁਰੂ ਦੇ ਸ਼ੁਕਰ ਵਾਸਤੇ ਗੁਰੂ ਦੇ ਸ਼ੁਕਰਾਨੇ ਵਾਸਤੇ ਆਪਣੇ ਪ੍ਰੇਮ ਦਾ ਦਸਵੰਦ ਕੱਢ ਸਕਦੇ ਹਾਂ ਆਪਣੀ ਭਾਵਨਾ ਪ੍ਰਗਟ ਕਰਨ ਵਾਸਤੇ ਗੁਰੂ ਦੇ ਅੱਗੇ ਕੁਝ ਨਾ ਕੁਝ ਅਰਪਣ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਪ੍ਰੇਮ ਦੇ ਨਾਲ ਜਦੋਂ ਗੁਰੂ ਅੱਗੇ ਅਸੀਂ ਦੋ ਤਰ੍ਹਾਂ ਦਾ ਦਸਵੰਦ ਕੱਢਦੇ ਹਾਂ ਖਾਲਸਾ ਜੀ ਤਾਂ ਸਾਡੀ ਪੜੀ ਹੋਈ ਬਾਣੀ ਪ੍ਰਵਾਣ ਹੁੰਦੀ ਹੈ ਦੋ ਤਰ੍ਹਾਂ ਦਾ ਦਸਵੰਦ ਦੁਨੀਆ ਦੇ ਵਿੱਚ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾ ਦਸਵੰਦ ਤੇ ਹੁੰਦਾ ਹੈ ਜੇਬ ਦਾ ਜਿਹੜਾ ਆਪਾਂ ਸਾਰੇ ਹੀ ਕੱਢਦੇ ਹਾਂ ਮਾਇਆ ਦਾ ਦਸਵੰਦ ਮਾਇਆ ਦੇ ਵਿੱਚੋਂ ਲਿਆਂਦੀ ਹੋਈ ਭੇਟਾ ਕੋਈ ਵਸਤਰ ਹੋਵੇ ਗੁਰੂ ਘਰ ਦੇ ਵਿੱਚ ਲਿਆਂਦੀ ਕੋਈ ਚਾਦਰ ਹੋਵੇ ਗਲੀਚਾ ਹੋਵੇ ਕੋਈ ਵੀ ਹੋਵੇ ਕੋਈ ਗੁਰੂ ਨੂੰ ਸ਼ਸਤਰ ਲਿਆ ਕੇ ਭੇਟਾ ਦੇ ਵਿੱਚ ਦੇ ਦੇਵੇ ਗੁਰੂ ਦੀ ਬੜੀ ਖੁਸ਼ੀ ਹੁੰਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਸੰਨ ਕੇ ਗੁਰੂ ਕੋ ਸਿੱਖੋ ਜਿਹੜਾ ਸਿੱਖ ਮੇਰੇ ਲਈ ਸ਼ਸਤਰ ਲੈ ਕਰਕੇ ਆਵੇਗਾ ਉਹਦੇ ਨਾਲ ਮੈਂ ਹਰ ਪਲ ਸਹਾਈ ਹੋਵਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਕੋਈ ਸ਼੍ਰੀ ਸਾਹਿਬ ਲਿਆਵੇ ਅੱਜ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸਿੱਖ ਸੰਗਤਾਂ ਪ੍ਰੇਮ ਦੇ ਨਾਲ ਜਦੋਂ ਜਾਂਦੀਆਂ ਤੇ ਮਹਾਰਾਜ ਦੇ ਲਈ ਸੋਹਣੇ ਸੋਹਣੇ ਸ਼ਸਤਰ ਲੈ ਕੇ ਜਾਂਦੀਆਂ ਤੇ ਉਥੋਂ ਦੇ ਸਿੰਘ ਸਾਹਿਬ ਅੱਜ ਵੀ ਉਹਨਾਂ ਸ਼ਸਤਰਾਂ ਨੂੰ ਉੱਥੇ ਸੁਭਾਏ ਮਾਨ ਕਰਦੇ ਆਪਾਂ ਦਰਸ਼ਨ ਕਰ ਸਕਦੇ ਹਾਂ ਕਹਿਣ ਤੋਂ ਪਾਪ ਪ੍ਰੇਮ ਦੇ ਵਿੱਚ ਕੁਝ ਵੀ ਲੈ ਕੇ ਗੁਰੂ ਦਰਬਾਰ ਵਿੱਚ ਜਾਵੇ ਗੁਰੂ ਦਰਬਾਰ ਦੇ ਵਿੱਚ ਭੇਟਾ ਦੇਵੇ ਸਤਗੁਰੂ ਸੱਚੇ ਪਾਤਸ਼ਾਹ ਉਸ ਭੇਟਾ ਨੂੰ ਪ੍ਰਵਾਨ ਕਰਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਉਸ ਭੇਟਾ ਨੂੰ ਅੰਗੀਕਾਰ ਕਰਦੇ ਨੇ ਇਸ ਤਰ੍ਹਾਂ ਪ੍ਰੇਮ ਦੇ ਨਾਲ ਦੋ ਤਰ੍ਹਾਂ ਦਾ ਦਸਬੰਦ ਕੱਢਣਾ ਚਾਹੀਦਾ ਹੈ ਇੱਕ ਤੇ ਹੈ ਜੇਬ ਦਾ ਦਸਬੰਦ ਜੇਬ ਦੇ ਵਿੱਚੋਂ ਨਿਕਲੀ ਮਾਇਆ ਦਾ ਦਸਬੰਦ ਤੇ ਦੂਸਰਾ ਦਸਬੰਦ ਹੁੰਦਾ ਹੈ ਜਿਹਵਾ ਦਾ ਦਸਬੰਦ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ ਜਿਹਵਾ ਦਾ ਦਸਬੰਦ ਕੋਈ ਵਿਰਲਾ ਕੱਢਦਾ ਹੈ ਜਿਹਵਾ ਦਾ ਦਸਬੰਦ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਕੱਢ ਸਕਦਾ ਹੈ ਜਿਹਵਾ ਦਾ ਦਸਬੰਦ ਹੁੰਦਾ ਹੈ ਜਿਹੜਾ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਜਿਸ ਤਰ੍ਹਾਂ ਆਪ ਸਰ ਸੰਗਤ ਨੇ ਰਾਗੀ ਸਿੰਘਾਂ ਦੇ ਨਾਲ ਵਾਹਿਗੁਰੂ ਗੁਰਮੰਤਰ ਦੇ ਸਰੋਵਰ ਵਿੱਚ ਚੁਭੀਆਂ ਲਾਈਆਂ ਕੋਈ ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕਰਕੇ ਸਤਿਗੁਰੂ ਨੂੰ ਹਾਜ਼ਰ ਜਾਣ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੇ ਉਹ ਜਿਹਵਾ ਦਾ ਬਹੁਤ ਵੱਡਾ ਦਸਬੰਧ ਹੁੰਦਾ ਹੈ ਅੰਤਰਗੁਰ ਆਰਾਧਨਾ ਜਿਹਵਾ ਜਪਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਜਿਹਵਾ ਦੇ ਦਸਬੰਧ ਜਦੋਂ ਗੁਰੂ ਕਾ ਸਿੱਖ ਕੱਢੇ ਮਹਾਰਾਜ ਕਹਿੰਦੇ ਸਰਵਨਾ ਦੇ ਰਾਹੀ ਕੰਨਾਂ ਦੇ ਰਾਹੀ ਪੜੀ ਹੋਈ ਬਾਣੀ ਸੁਣੇ ਕੀਤਾ ਹੋਇਆ ਸਿਮਰਨ ਸੁਣੇ ਤੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਦੀ ਮੂਰਤ ਨੂੰ ਤੱਕਦਾ ਰਹੇ ਮੈਂ ਬੇਨਤੀ ਕਰਾਂ ਬਾਣੀ ਪੜਨ ਲਈ ਸਭ ਤੋਂ ਪਹਿਲਾਂ ਪ੍ਰੇਮ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਗਾਵੀਐ ਸੁਣੀਐ ਮਨ ਰੱਖੀਐ ਪਾਉ ਜਦੋਂ ਵੀ ਘਰ ਦੇ ਵਿੱਚ ਬਾਣੀ ਪੜ੍ਹੀਏ ਜਾਂ ਸਿਮਰਨ ਕਰੀਏ ਤੇ ਜਤਨ ਕਰਨਾ ਚਾਹੀਦਾ ਕਿ ਬਾਣੀ ਗਾ-ਗਾ ਕੇ ਪੜਨੀ ਚਾਹੀਦੀ ਹੈ ਕਾੜੀ ਨਹੀਂ ਕਰਨੀ ਚਾਹੀਦੀ ਜਦੋਂ ਵੀ ਜਪਜੀਤ ਸਾਹਿਬ ਦਾ ਪਾਠ ਆਵੇ ਇੰਨੇ ਕੇ ਪ੍ਰੇਮ ਦੇ ਨਾਲ ਗਾ ਕੇ ਪੜਿਏ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਜਾਪ ਸਹਿਬ ਆਵੇ ਇਸ ਤਰ੍ਹਾਂ ਪ੍ਰੇਮ ਦੇ ਨਾਲ ਗਾ ਕੇ ਪੜਿਏ ਕਿ ਸਚਮੁੱਚ ਹੀ ਕਲਗੀ ਧਰ ਨੂੰ ਨਮਸਕਾਰ ਹੋ ਜਾਵੇ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਨੂਪੇ ਨਮਸਤੰ ਅਰੂਪੇ ਨਮਸਤੰ ਅਲੇਖੇ ਨਮਸਤੰ ਅਪੇਖੇ ਨਮਸਤੰ ਅਕਾਲੇ ਨਮਸਤੰ ਦਿਆਲੇ ਇਸ ਤਰ੍ਹਾਂ ਪ੍ਰੇਮ ਦੇ ਨਾਲ ਕਵੇ ਕਾਲ ਤੋਂ ਰਹਿਤ ਕਲਗੀਧਰ ਸਵਾਮੀ ਤੁਹਾਨੂੰ ਨਮਸਕਾਰ ਹੈ ਦਿਆਲੂ ਕਿਰਪਾਲੂ ਸਤਗੁਰੂ ਤੁਹਾਨੂੰ ਨਮਸਕਾਰ ਹੈ ਕੋਈ ਪ੍ਰੇਮ ਦੇ ਨਾਲ ਗਾ ਕੇ ਪੜੇ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਕੋਈ ਪ੍ਰੇਮ ਦੇ ਨਾਲ ਇਸ ਤਰ੍ਹਾਂ ਗਾ ਕੇ ਪੜੇਗਾ ਮਹਾਰਾਜ ਆਪਣਾ ਜਰੂਰ ਬਣਾਉਣਗੇ ਤੇ ਪਿਆਰ ਵਾਲਿਓ ਮੈਂ ਬੇਨਤੀ ਅਕਸਰ ਕਰਦਾ ਕਿ ਜਿਹੜੀ ਪੰਜ ਬਾਣੀਆਂ ਦਾ ਨਿਤਨੇਮ ਮਹਾਰਾਜ ਨੇ ਦਿੱਤਾ ਇਹਦੇ ਵਿੱਚ ਬੜੀ ਵੱਡੀ ਤਾਕਤ ਹੈ ਬੜੀ ਵੱਡੀ ਕਲਾ ਹੈ ਸਭ ਤੋਂ ਪਹਿਲਾਂ ਜਪਜੀ ਸਾਹਿਬ ਹੈ ਫਿਰ ਜਾਪ ਸਹਿਬ ਹੈ ਫਿਰ ਤਉ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ ਚੋਪਈ ਤੇ ਅਨੰਦ ਸਾਹਿਬ ਮਹਾਰਾਜ ਕਹਿੰਦੇ ਜਪਜੀ ਸਾਹਿਬ ਜਪ ਕਰ ਪ੍ਰਮਾਤਮਾ ਦਾ ਇੰਨਾ ਕਿ ਜਪ ਕਰ ਤੇਰਾ ਕੀਤਾ ਹੋਇਆ ਰਸਨਾ ਦਾ ਜਪ ਤੇਰੇ ਰੋਮ ਰੋਮ ਦਾ ਜਾਪ ਬਣ ਜਾਵੇ ਦੂਸਰਾ ਜਾਪ ਸਹਿਬ ਹੈ ਪਹਿਲਾ ਜਪ ਕਰ ਇੰਨਾ ਕਿ ਜਪ ਕਰ ਰੋਮ ਰੋਮ ਦਾ ਜਾਪ ਬਣ ਜਾਵੇ ਤੇ ਜੇ ਤੂੰ ਚਾਹਨਾ ਕਿ ਰੋਮ ਰੋਮ ਦਾ ਜਾਪ ਬਣ ਜਾਵੇ ਸਿਮਰਨ ਵਿੱਚ ਮਨ ਲੱਗਣ ਲੱਗ ਜਾਵੇ ਹੰਕਾਰ ਨਾ ਕਰੀ ਭਾਵਨਾ ਰੱਖੀ ਤਉ ਪ੍ਰਸਾਦ ਦੀ ਤਉ ਪ੍ਰਸਾਦ ਤੋਂ ਭਾਵ ਕਬੀਰ ਮੇਰਾ ਮੁਝਵੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਿ ਸੰਸਾਰ ਤੇ ਮੇਰਾ ਕੁਝ ਵੀ ਨਹੀਂ ਜੋ ਕੁਝ ਵੀ ਮੈਨੂੰ ਮਿਲਿਆ ਹਰ ਇੱਕ ਚੀਜ਼ ਤੇਰੀ ਹੈ ਦਿੱਤੇ ਹੋਏ ਸਵਾਸ ਤੇਰੇ ਨੇ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਤਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ ਇਸ ਤਰ੍ਹਾਂ ਤਉ ਪ੍ਰਸਾਦ ਦੀ ਭਾਵਨਾ ਰੱਖੇ ਔਰ ਜੇ ਕਹਿੰਦੇ ਹੰਕਾਰ ਤੋਂ ਬਚਣਾ ਤਉ ਪ੍ਰਸਾਦ ਦੀ ਭਾਵਨਾ ਲੈਣੀ ਹੈ ਗੁਰੂ ਦੀ ਬਖਸ਼ਿਸ਼ ਲੈਣੀ ਹੈ ਫਿਰ ਰੋਜ਼ਾਨਾ ਬੇਨਤੀਆਂ ਕਰੇ ਕਬਿਓ ਬਾਚ ਬੇਨਤੀ ਚੋਪਈ ਬੇਨਤੀ ਕਰੇ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਦੀ ਇੱਛਾ ਪੰਕਤੀ ਆਉਂਦੀ ਪੂਰਨ ਹੋਏ ਚਿੱਤ ਦੀ ਇੱਛਾ ਖਿਆਲ ਦੁਨੀਆਂ ਵੱਲ ਜਾਂਦੇ ਸੰਸਾਰ ਵੱਲ ਜਾਂਦੇ ਨੇ ਪਦਾਰਥਾਂ ਵੱਲ ਜਾਂਦੇ ਨੇ ਪਰਮਹਾਰਾਜ ਕਹਿੰਦੇ ਸਿੱਖ ਦੇ ਚਿੱਤ ਦੀ ਇੱਛਾ ਕੀ ਹੋਣੀ ਚਾਹੀਦੀ ਹੈ ਸਿੱਖ ਦੇ ਚਿੱਤ ਦੀ ਇੱਛਾ ਹੋਣੀ ਚਾਹੀਦੀ ਹੈ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਸਿੱਖ ਦੇ ਚਿੱਤ ਦੀ ਇੱਛਾ ਹੋਵੇ ਮੇਰਾ ਮਨ ਸਦਾ ਲਈ ਤੇਰੇਆਂ ਚਰਨਾਂ ਵਿੱਚ ਜੁੜ ਜਾਵੇ ਕਹਿੰਦੇ ਜਦੋਂ ਜਪ ਕਰੇਗਾ ਰੋਮ ਰੋਮ ਦਾ ਜਾਪ ਬਣੇਗਾ ਤਉ ਪ੍ਰਸਾਦ ਦੀ ਭਾਵਨਾ ਹੋਵੇਗੀ ਬੇਨਤੀਆਂ ਕਰੇਗਾ ਤੇ ਫਿਰ ਕਹਿੰਦੇ ਕੇਵਲ ਰਸਨਾ ਨਾਲ ਹੀ ਨਹੀਂ ਪੜੇਗਾ ਬਲਕੇ ਸੱਚਮੁੱਚ ਜੀਵਨ ਵਿੱਚ ਆਨੰਦ ਵਰਤ ਜਾਵੇਗਾ ਹਲੇ ਤੱਕ ਕੇਵਲ ਜ਼ਬਾਨ ਪੜਦੀ ਏ ਆਨੰਦ ਭਿਆ ਮੇਰੀ ਮਾਏ ਫਿਰ ਤੇਰੀ ਅੰਦਰਲੀ ਰੂਹ ਵੀ ਕਬੂਲ ਕਰੇਗੀ ਕਿ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਛੇਤੀ ਮਨ ਵਜੀਆਂ ਵਧਾਈਆਂ ਫਿਰ ਮਨ ਵਿੱਚ ਵਧਾਈਆਂ ਦੇ ਵਾਜੇ ਵੱਜਣਗੇ ਜਦੋਂ ਗੁਰੂ ਮਿਲ ਪਿਆ ਜਦੋਂ ਰੱਬ ਮਿਲ ਪਿਆ ਕਲਗੀ ਧਰ ਦੇ ਦੀਦਾਰੇ ਹੋ ਗਏ ਮੈਂ ਅਕਸਰ ਬੇਨਤੀ ਕਰਿਆ ਕਰਦਾ ਕਿ ਪਟਨਾ ਸਾਹਿਬ ਦੀ ਧਰਤੀ ਤੇ ਪੰਡਿਤ ਸ਼ਿਵਦੱਤ ਰੋਜ਼ਾਨਾ ਪੁਕਾਰਾਂ ਭਾਵੇਂ RAM ਜੀ ਅੱਗੇ ਕਰਦਾ ਹੈ ਖੁਦਾ ਦਾ ਧਿਆਨ ਟਿਕਾਉਂਦਾ ਆਪਣੇ ਭਗਵਾਨ ਦਾ ਧਿਆਨ ਟਿਕਾਉਂਦਾ ਉਹਦੇ ਧਿਆਨ ਟਿਕਾਉਣ ਦੇ ਵਿੱਚ ਇੱਕ ਪਲ ਵੀ ਕੁਤਾਹੀ ਨਹੀਂ ਸਿੱਦਤ ਦੇ ਨਾਲ ਇਬਾਦਤ ਕਰਦਾ ਹੈ ਬੰਦਗੀ ਕਰਦਾ ਹੈ ਬਾਲਾ ਪ੍ਰੀਤਮ ਉਹਦੇ ਅੱਖਾਂ ਦੇ ਸਾਹਮਣੇ ਜਾ ਕਰਕੇ ਖੜਦੇ ਨੇ ਪਰ ਵੇਖੋ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਉਹਦੇ ਸਾਹਮਣੇ ਜਦੋਂ ਖੜਦੇ ਮਨ ਵਿੱਚ ਫਿਰ ਭਾਵੇਂ ਆ ਗਿਆ ਕਿ ਮੈਂ ਅਰਦਾਸ ਕਿਦੇ ਅੱਗੇ ਕਰਦਾ ਕਿਹਦੇ ਅੱਗੇ ਦੁਆ ਕਰਦਾ ਤੇ ਖੜਦਾ ਅੱਗੇ ਆ ਕੇ ਕੌਣ ਹੈ ਜਾ ਕੇ ਮਾਤਾ ਜੀ ਨੂੰ ਸ਼ਿਕਾਇਤ ਲਾਉਣਾ ਕਿ ਲੱਡੂਆਂ ਦਾ ਭੋਗ ਲਾਉਣਾ RAM ਜੀ ਨੂੰ ਆ ਪਰ ਤੁਹਾਡਾ ਪੁੱਤਰ ਤੁਹਾਡਾ ਬਾਲ ਤੁਹਾਡਾ ਲਾਲ ਆ ਕਰਕੇ ਇਨ੍ਹਾਂ ਲੱਡੂਆਂ ਨੂੰ ਛਕ ਲੈਂਦਾ ਜਦੋਂ ਮਾਤਾ ਜੀ ਨੇ ਕਿਹਾ ਕਿ ਪੰਡਤ ਦੀ ਬੰਦਗੀ ਵਿੱਚ ਕਿਉਂ ਵਿਗਣ ਪਾਉਂਦੇ ਹੋ ਕਹਿਣ ਲੱਗੇ ਮਾਂ ਵਿਗਣ ਨਹੀਂ ਪਾਉਂਦਾ ਮੈਂ ਤੇ ਪ੍ਰੇਮ ਦਾ ਬੱਜਾਂ ਉਹ ਰੋਜ਼ ਆਵਾਜ਼ ਲਾਉਂਦਾ ਆ ਕਿ ਭੋਗ ਲਾਓ ਮੈਨੂੰ ਲਾਉਣਾ ਪੈਂਦਾ ਬਾਲਾ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਤਕ ਵਰਤਾਇਆ ਪੰਡਤ ਸ਼ਿਵਦਤ ਨੇ ਨੇਤਰ ਖੋਲੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਜਦੋਂ ਨੇਤਰ ਖੁੱਲੇ ਖਾਲਸਾ ਜੀ ਬਾਲਾ ਪ੍ਰੀਤਮ ਫਿਰ ਖੜ ਗਏ ਮਹਾਰਾਜ ਲੱਡੂ ਚੁੱਕਣ ਲੱਗੇ ਬਾਹ ਫੜ ਕੇ ਕਹਿਣ ਲੱਗਾ ਠਹਿਰ ਜਾ ਇਹ ਲੱਡੂ ਤੇ RAM ਜੀ ਲਈ ਨੇ ਮਹਾਰਾਜ ਕਹਿਣ ਲੱਗੇ ਪੰਡਤਾਂ ਬਾਹਰ ਨਹੀਂ ਆ ਨੇਤਰਾਂ ਨਾਲ ਨਾ ਵੇਖ ਅੰਦਰਲੇ ਨੇਤਰ ਖੋਲ ਜਦੋਂ ਅੰਦਰਲੇ ਨੇਤਰ ਖੋਲੇ ਬਾਲਾ ਪ੍ਰੀਤਮ ਦੇ ਪਿੱਛੇ RAM ਜੀ ਦੀ ਮੂਰਤ ਵੀ ਨਜ਼ਰ ਆਈ ਜੇ ਭਾਵਨਾ ਹੋਵੇ ਨਾ ਮੈਂ ਕਈ ਵਾਰ ਸੋਚਦਾ ਕਿ ਪੰਡਿਤ ਸ਼ਿਵਦਤ ਦੀ ਭਾਵਨਾ ਕਿੰਨੀ ਮਹਾਨ ਸੀ ਭਾਵਨਾ ਦੇ ਨਾਲ ਬਾਲਾ ਪ੍ਰੀਤਮ ਨੂੰ ਵੇਖਿਆ ਤੇ RAM ਜੀ ਦੀ ਮੂਰਤ ਨਜ਼ਰ ਆ ਗਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਵੇਖਦੇ ਹਾਂ ਕਲਗੀ ਧਰ ਦੀ ਮੂਰਤ ਨਜ਼ਰ ਨਹੀਂ ਆਉਂਦੀ ਗੁਰੂ ਨਾਨਕ ਦੀ ਮੂਰਤ ਨਜ਼ਰ ਨਹੀਂ ਆਉਂਦੀ ਹਾਲੇ ਤੱਕ ਸਾਡੇ ਪ੍ਰਸ਼ਨ ਏ ਨੇ ਭੋਗ ਲਾਉਣਾ ਕਹੀਏ ਕਿ ਦਰ ਪ੍ਰਵਾਣ ਕਹੀ। ਮੈਂ ਬੇਨਤੀ ਕਰਾਂ ਭਾਵਨਾ ਦੇ ਨਾਲ ਜੇ ਅੱਗੇ ਕੜਾ ਪ੍ਰਸ਼ਾਦ ਰੱਖੋਗੇ ਭਾਵਨਾ ਨਾਲ ਅਰਦਾਸ ਕਰੋਗੇ ਉਹਨੇ ਦਰ ਤੇ ਪ੍ਰਵਾਹਣ ਕਰਕੇ ਭੋਗ ਵੀ ਲਾ ਲੈਣਾ। ਪਰ ਜੇ ਭਾਵਨਾ ਨਾ ਹੋਈ ਭਾਵੇਂ ਭੋਗ ਲਾਉਣਾ ਕਹਿ ਲੋ ਭਾਵੇਂ ਦਰ ਪ੍ਰਵਾਣ ਕਹਿ ਲੋ। ਬਾਹਰਲੇ ਸ਼ਬਦਾਂ ਦਾ ਰੱਬ ਮੋਤਾਜ ਨਹੀਂ ਹੁੰਦਾ। ਉਹਨੇ ਅੰਦਰਲੀ ਭਾਵਨਾ ਨੂੰ ਵੇਖਣਾ ਹੁੰਦਾ। ਸੋ ਕਦੇ ਵੀ ਧਰਮ ਨੂੰ ਕਰਨ ਲੱਗਿਆਂ ਬਾਣੀ ਪੜਨ ਲੱਗਿਆਂ ਮਨ ਦੇ ਸਾਰੇ ਸ਼ੰਕੇ ਦੂਰ ਕਰਕੇ ਚਾਹਤ ਦੇ ਨਾਲ ਬਾਣੀ ਪੜਨੀ ਚਾਹੀਦੀ ਹੈ ਜਿਹੜਾ ਚਾਹਤ ਦੇ ਨਾਲ ਬਾਣੀ ਪੜਦਾ ਹੈ ਗੁਰੂ ਉਹਨੂੰ ਆਕੇ ਗਲਵਕੜੀ ਵਿੱਚ ਜ਼ਰੂਰ ਲੈਂਦਾ ਹੈ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸਿੱਖ ਹੋਇਆ ਭਾਈ ਫੇਰੂ ਬੜੀ ਚਾਹਤ ਸੀ ਸੇਵਾ ਦੇ ਨਾਲ ਬੜੀ ਚਾਹਤ ਸੀ ਗੁਰੂ ਦਰਬਾਰ ਦੇ ਨਾਲ ਲੰਗਰ ਵਿੱਚ ਸੇਵਾ ਕਰਿਆ ਕਰਦੇ ਸਨ ਭਾਈ ਫੇਰੂ ਜੀ ਔਰ ਇਹ ਬਹੁਤ ਪੁਰਾਣੇ ਗੁਰੂ ਦਰਬਾਰ ਦੇ ਵਿੱਚ ਜੁੜੇ ਸਨ ਇਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਸੇਵਾ ਕੀਤੀ ਸੀ ਭਾਈ ਫੇਰੂ ਜੀ ਨੇ ਧੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਭਾਈ ਫੇਰੂ ਜੀ ਸੇਵਾ ਕਰਿਆ ਕਰਦੇ ਸਨ ਹੁਣ ਕਲਗੀਧਰ ਸਵਾਮੀ ਜੀ ਦੇ ਦਰਬਾਰ ਵਿੱਚ ਵੀ ਸੇਵਾ ਕਰਿਆ ਕਰਦੇ ਸਨ ਕਹਿੰਦੇ ਇੱਕ ਦਿਨ ਰਾਤ ਬਹੁਤ ਹੋ ਗਈ ਭਾਈ ਫੇਰੂ ਜੀ ਲੰਗਰ ਦੇ ਵਿੱਚ ਸਾਫ ਸਫਾਈ ਕਰ ਰਹੇ ਸਨ ਕੋਈ ਸੱਜਣ ਆਇਆ ਆ ਕੇ ਪ੍ਰਸ਼ਾਦਾ ਮੰਗਿਆ ਤੇ ਭਾਈ ਫੇਰੂ ਜੀ ਨੇ ਜਦ ਲੰਗਰ ਦੇ ਵਿੱਚ ਵੇਖਿਆ ਤੇ ਲੰਗਰ ਵਿੱਚ ਕੇਵਲ ਤੇ ਕੇਵਲ ਅੱਧਾ ਪ੍ਰਸ਼ਾਦਾ ਰਹਿ ਚੁਕਿਆ ਸੀ ਭਾਈ ਫੇਰੂ ਜੀ ਅੱਧਾ ਪ੍ਰਸ਼ਾਦਾ ਆਪਣੇ ਹੱਥ ਦੇ ਵਿੱਚ ਲੈ ਕਰਕੇ ਉਹ ਸੱਜਣ ਕੋਲ ਗयो ਜਿਹੜਾ ਸੱਜਣ ਸੀ ਉਹ ਬੰਦਗੀ ਬੜੀ ਕਰਦਾ ਸੀ ਭਜਨ ਬੜਾ ਕਰਦਾ ਸੀ ਜੀਵਨ ਵਾਲਾ ਸਿੱਖ ਸੀ ਭਾਈ ਫੇਰੂ ਜੀ ਅੱਧਾ ਪ੍ਰਸ਼ਾਦਾ ਲੈ ਕਰਕੇ ਗਏ ਜਦੋਂ ਜਾ ਕੇ ਉਹ ਸਿੱਖ ਨੂੰ ਦਿੱਤਾ ਕਹਿਣ ਲੱਗਾ ਸਿੱਖ ਅੱਗੋਂ ਕਹਿੰਦੇ ਭਾਈ ਫੇਰੂ ਤੂੰ ਤੇ ਗੁਰੂ ਕਾ ਲੰਗਰ ਕਾਣਾ ਕਰ ਦਿੱਤਾ ਈ ਪ੍ਰਸ਼ਾਦਾ ਵੀ ਅੱਧਾ ਹੀ ਦੇ ਰਿਆਂ ਭਾਈ ਫੇਰੂ ਦੇ ਨੇਤਰਾਂ ਵਿੱਚ ਜਲ ਭਰ ਆਇਆ ਕਹਿਣ ਲੱਗਾ ਸਿੱਖਾ ਤੂੰ ਗੁਰੂ ਕਾ ਪ੍ਰੇਮੀ ਸਿੱਖ ਹੈ ਇਹ ਬਾਬੇ ਨਾਨਕ ਦਾ ਲੰਗਰ ਹੈ ਇਹ ਕਾਣਾ ਨਹੀਂ ਹੋ ਸਕਦਾ ਤੂੰ ਭਾਵੇਂ ਮੇਰੀਆਂ ਅੱਖਾਂ ਕਾਣੀਆਂ ਕਰ ਦੇ ਹੁਣ ਉਹ ਸਿੱਖ ਕਮਾਈ ਵਾਲਾ ਸੀ ਉਹਦੇ ਬਚਨ ਕਬੂਲ ਹੋਣੇ ਸਨ ਜਿਹਦੀ ਰਸਨਾ ਤੇ ਸਤ ਹੁੰਦਾ ਉਹਦੇ ਬਚਨ ਸੱਚੇ ਜ਼ਰੂਰ ਹੁੰਦੇ ਨੇ ਜਿਹਦੀ ਰਸਨਾ ਤੇ ਹਰ ਪਲ ਕੂੜ ਰਹਿਣਾ ਝੂਠ ਰਹਿਣਾ ਉਹਦਾ ਕੋਈ ਬਚਨ ਸੱਚਾ ਨਹੀਂ ਹੁੰਦਾ ਜੇ ਬਾਣੀ ਪੜਦੇ ਨੇ ਸਿਮਰਨ ਕਰਦੇ ਨੇ ਬਾਰ ਬਾਰ ਦੱਸਣਾ ਨਹੀਂ ਪੈਂਦਾ ਕਈ ਵਾਰ ਬਾਣੀ ਪੜਨ ਤੋਂ ਪਹਿਲਾਂ ਸਿਮਰਨ ਕਰਨ ਤੋਂ ਪਹਿਲਾਂ ਸੀ ਇਹ ਹੀ ਪੁੱਛਦੇ ਰਹਿੰਦੇ ਅਵਸਥਾ ਕਿਹੜੀ ਕਿਹੜੀ ਮਿਲੂਗੀ ਕੀ ਕੀ ਮਹਿਸੂਸ ਹੋਵੇਗਾ ਕੀ ਕੀ ਅਨੁਭਵ ਹੋਵੇਗਾ ਪਰ ਮੈਂ ਬੇਨਤੀ ਕਰਾਂ ਬਾਣੀ ਪੜਨ ਲੱਗ ਜਾਣਾ ਚਾਹੀਦਾ ਹੈ ਬੱਚੇ ਨੂੰ ਸਕੂਲ ਵਿੱਚ ਪਾਓ ਨਾ ਨਰਸਰੀ ਦੇ ਵਿੱਚ ਉਹ ਨਹੀਂ ਪੁੱਛਦਾ ਵੀ ਫਰਸਟ ਕਲਾਸ ਦੇ ਵਿੱਚ ਜਾ ਕੇ ਕੀ ਮਿਲੇਗਾ ਸੈਕਿੰਡ ਵਿੱਚ ਕੀ ਮਿਲੇਗਾ ਥਰਡ ਵਿੱਚ ਕੀ ਮਿਲੇਗਾ ਉਹ ਤੇ ਕੇਵਲ ਤੇ ਕੇਵਲ ਸਕੂਲ ਚਲਿਆ ਜਾਂਦਾ ਜਿਸ ਤਰ੍ਹਾਂ ਉਹ ਕਲਾਸ ਬਦਲਦੀ ਰਹਿੰਦੀ ਹੈ ਉਹਦਾ ਗਿਆਨ ਵੱਧਦਾ ਰਹਿੰਦਾ ਉਹਦੀ ਅਵਸਥਾ ਬਦਲਦੀ ਹੈ ਸਰੀਰਕ ਅਵਸਥਾ બસ ਬਾਣੀ ਪੜਦੇ ਰਹਿਣਾ ਚਾਹੀਦਾ ਹੈ ਅਵਸਥਾ ਗੁਰੂ ਨੇ ਆਪਣੇ ਆਪ ਹੀ ਦੇ ਦੇਣੀ ਭਾਈ ਫੇਰੂ ਜੀ ਦੀ ਅੱਖ ਕਾਣੀ ਹੋ ਗਈ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਅਗਲੇ ਦਿਨ ਦਰਬਾਰ ਵਿੱਚ ਸਦਿਆ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਫੇਰੂ ਨੂੰ ਗਲਵੱਕੜੀ ਵਿੱਚ ਲਿਆ ਕਹਿਣ ਲੱਗੇ ਗੁਰਸਿੱਖਾ ਜੇ ਉਹ ਸਿੱਖ ਨੇ ਲੰਗਰ ਦੇ ਲਈ ਬਚਨ ਵੀ ਕਰ ਦਿੱਤਾ ਸੀ ਤਾਂ ਤੂੰ ਆਪਣੇ ਸਰੀਰ ਦੇ ਉੱਤੇ ਕਸ਼ਟ ਕਿਉਂ ਲਿਆ ਗੁਰੂ ਕੇ ਲੰਗਰ ਦਾ ਕੁਝ ਨਹੀਂ ਜਾਣਾ ਇੱਥੇ ਗੁਰੂ ਨਾਨਕ ਦੀ ਕਲਾ ਵਰਤਦੀ ਹੈ ਕਹਿਣ ਲੱਗਾ ਮਹਾਰਾਜ ਇਹ ਸਤਗੁਰੂ ਗੁਰੂ ਨਾਨਕ ਸਾਹਿਬ ਦਾ ਚਲਾਇਆ ਲੰਗਰ ਰਹਿ ਇਹ ਲੰਗਰ ਤੇ ਭੁੱਖਿਆਂ ਦੀ ਭੁੱਖ ਦੂਰ ਕਰਦਾ ਹੈ ਇਹ ਲੰਗਰ ਕਾਣਿਆਂ ਨੂੰ ਵੀ ਸਾਰੀਆਂ ਰੋਸ਼ਨੀਆਂ ਬਖਸ਼ਦਾ ਅੰਦਰਲੀ ਰੋਸ਼ਨੀ ਵੀ ਬਖਸ਼ਦਾ ਬਾਹਰਲੀ ਰੋਸ਼ਨੀ ਵੀ ਬਖਸ਼ਦਾ ਮੈਂ ਗੁਰੂ ਕੇ ਲੰਗਰ ਵਾਸਤੇ ਕੁਝ ਸੁਣ ਨਹੀਂ ਸਕਦਾ ਜਦੋਂ ਇਹ ਬੋਲ ਕਹੇ ਮਹਾਰਾਜ ਸੱਚੇ ਪਾਤਸ਼ਾਹ ਗਲਵਕੜੀ ਵਿੱਚ ਲੈ ਕਰਕੇ ਬਚਨ ਕਰਨ ਲੱਗੇ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਹਾਰੀ ਜੇ ਗੁਰੂ ਕੇ ਸਿੱਖ ਦੀ ਸੇਵਾ ਵਿੱਚ ਚਾਹਤ ਹੋਵੇ ਸਿਮਰਨ ਦੇ ਵਿੱਚ ਚਾਹਤ ਹੋਵੇ ਭਜਨ ਬੰਦਗੀ ਵਿੱਚ ਚਾਹਤ ਹੋਵੇ ਖਾਲਸਾ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਆ ਕਰਕੇ ਗਲਵਕੜੀ ਵਿੱਚ ਜ਼ਰੂਰ ਲੈਂਦੇ ਨੇ ਸੋ ਹਮੇਸ਼ਾ ਬਾਣੀ ਪੜਨ ਲੱਗਿਆਂ ਇਹ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਦੋਂ ਬਾਣੀ ਪੜੀਏ ਜਿਸ ਤਰ੍ਹਾਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਆਵਾਜ਼ ਲਾਈ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਇ ਕਰਦਿਆ ਨਾਮ ਪ੍ਰਗਾਸ ਬਾਬੇ ਨਾਨਕ ਦੇ ਘਰ ਦੇ ਕੀੜੇ ਬਣ ਕੇ ਬਾਣੀ ਪੜਾਂਗੇ ਸਭ ਕੁਝ ਮਿਲੇਗਾ ਤੇ ਜਿੱਦਣ ਗੁਰੂ ਨਾਨਕ ਦੇ ਘਰ ਵਿੱਚ ਬਹੁਤੇ ਸਿਆਣੇ ਬਣ ਕੇ ਬਾਣੀ ਪੜਾਂਗੇ ਜੋ ਕੁਝ ਹੈ ਉਹ ਵੀ ਨਹੀਂ ਰਹਿੰਦਾ ਇਸ ਕਰਕੇ ਇੱਥੇ ਆ ਕਰਕੇ ਇਹੋ ਅਰਦਾਸ ਕਰਨੀ ਚਾਹੀਦੀ ਹੈ ਹਮ ਆਬਗੁਣ ਭਰੇ ਹੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਕਾਹੀ ਮਾਇਆ ਮੋਹ ਭਰਮ ਭੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਔਰ ਇਹ ਸੱਚ ਹੈ ਜਦੋਂ ਤੁਸੀਂ ਘਰ ਵਿੱਚ ਰਹਿ ਕੇ ਬਾਣੀ ਪੜੋਗੇ ਤੁਹਾਡੇ ਘਰ ਦਾ ਵਾਤਾਵਰਨ ਤੁਹਾਡੇ ਘਰ ਦਾ ਔਰਾ ਤੁਹਾਡੇ ਘਰ ਦੀਆਂ ਕੰਧਾਂ ਵੀ ਉਸ ਪੜੀ ਹੋਈ ਬਾਣੀ ਦਾ ਅਸਰ ਕਬੂਲਦੀਆਂ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਜੀਵਨ ਦੇ ਵਿੱਚ ਵੀ ਇਹ ਘਟਨਾ ਹੁੰਦੀ ਹੈ ਕਿ ਸਤਗੁਰੂ ਗੁਰੂ ਹਰ राय ਸਾਹਿਬ ਜੀ ਨੇ ਨਾ ਦੋਵੇਂ ਬਾਲਕਾਂ ਵਾਸਤੇ ਪੰਘੂੜੇ ਤਿਆਰ ਕਰਵਾਏ ਸਨ ਲੱਕੜ ਦੇ ਕਿਉਂਕਿ ਦੋਵੇਂ ਬਾਲਕ RAM RAJ JI ਤੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਪੰਘੂੜੇ ਦੇ ਵਿੱਚ ਬੈਠ ਕਰਕੇ ਬਾਣੀ ਪੜਿਆ ਕਰਦੇ ਸਨ ਸਿਮਰਨ ਕਰਿਆ ਕਰਦੇ ਸਨ ਹੁਣ ਪੜਦੇ ਆਪਾਂ ਸਾਰੇ ਹੀ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੁੱਕੀਆਂ ਲੱਕੜਾਂ ਨੂੰ ਵੀ ਹਰਿਆ ਭਰਿਆ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ ਪਰ ਅਨੁਭਵ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਨੇ ਸਿਮਰਨ ਕਰਨਾ ਪੰਘੂੜੇ ਵਿੱਚ ਦੂਸਰੇ ਸਹਬਜ਼ਾਦੇ ਨੇ ਵੀ ਸਿਮਰਨ ਕਰਨਾ ਬੰਦਗੀ ਕਰਨੀ ਦੋਵੇਂ ਸਹਬਜ਼ਾਦਿਆਂ ਦੀ ਇਬਾਦਤ ਨੂੰ ਬੰਦਗੀ ਨੂੰ ਵੇਖ ਕਰਕੇ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਾ ਕੇ ਪ੍ਰਸ਼ਨ ਕੀਤਾ ਮਹਾਰਾਜ ਦੋਵੇਂ ਬਾਲਕ ਬਾਣੀ ਬੜੀ ਪੜਦੇ ਨੇ ਸਿਮਰਨ ਬੜਾ ਕਰਦੇ ਨੇ ਗੁਰਨਾਨਕ ਦੇ ਘਰ ਦੀ ਕਲਾ ਕਿਸ ਦੇ ਸੀਸ ਤੇ ਵਰਤੇਗੀ ਕਿਉਂਕਿ ਪਤਾ ਸੀ ਕਿ ਗੁਰਗੱਦੀ ਸੋਡੀਆਂ ਵਿੱਚ ਰਹਿਣੀ ਹੈ ਗੁਰੂ ਹਰਗੋਬਿੰਦ ਸਾਹਿਬ ਬਚਨ ਕਰ ਚੁੱਕੇ ਸਨ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਕਿ ਹਲੇ ਚਾਰ ਜਾਮੇ ਹੋਰ ਅਪਣਾਉਣੇ ਨੇ ਸਤਿਗੁਰੂ ਗੁਰੂ ਹਰ ਰਾਇ ਸਾਹਿਬ ਮਹਾਰਾਜ ਕਹਿਣ ਲੱਗੇ ਸਿੱਖੋ ਇੱਕ ਕੰਮ ਕਰੋ ਮਹਾਰਾਜ ਨੇ ਦੋ ਸੂਈਆਂ ਮੰਗਵਾਈਆਂ ਦੋ ਸੂਈਆਂ ਸਿੱਖਾਂ ਦੇ ਹੱਥ ਵਿੱਚ ਦੇ ਦਿੱਤੀਆਂ ਕਹਿੰਦੇ ਜਦੋਂ ਦੋਨੋਂ ਜਾਣੇ ਬਾਣੀ ਪੜ੍ਹਦੇ ਹੋਣ ਸਿਮਰਨ ਕਰਦੇ ਹੋਣ ਤੇ ਇਹ ਇੱਕ ਸੂਈ RAM RAJ ji ਦੇ ਪੰਘੂੜੇ ਵਿੱਚ ਚਭਾਉਣੀ ਤੇ ਦੂਸਰੀ ਸੰਗੋਈ ਗੁਰੂ ਸੂਈ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਪੰਘੂੜੇ ਨੂੰ ਲਾਉਣੀ ਹੁਣ ਜਦੋਂ ਬਾਣੀ ਪੜ੍ਹ ਰਹੇ ਸਨ ਲੱਕੜ ਦਾ ਸੁਭਾਅ ਹੁੰਦਾ ਹੈ ਸੂਈ ਅੰਦਰ ਖੁੱਬਦੀ ਨਹੀਂ ਜਦੋਂ ਤੇ RAM RAJ JI ਦੇ ਪੰਘੂੜੇ ਕੋਲ ਜਾ ਕਰਕੇ ਸੂਈ ਨੂੰ ਲਗਾਇਆ ਤੇ ਸੂਈ ਅੰਦਰ ਨਹੀਂ ਖੁੱਭੀ ਕਿਉਂਕਿ ਲੱਕੜ ਦਾ ਸੁਭਾਅ ਸੀ ਲੱਕੜ ਨੇ ਆਪਣਾ ਸੁਭਾਅ ਨਹੀਂ ਬਦਲਿਆ ਪਰ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਇੰਨੀ ਕਿ ਸ਼ਿੱਦਤ ਐਸੀ ਪ੍ਰੇਮ ਦੇ ਨਾਲ ਬਾਣੀ ਪੜਿਆ ਕਰਦੇ ਸਨ ਸੱਚੇ ਪਾਤਸ਼ਾਹ ਜੀ ਦੀ ਪੜੀ ਹੋਈ ਬਾਣੀ ਦੇ ਪ੍ਰਭਾਵ ਦੇ ਨਾਲ ਲੱਕੜ ਨੇ ਵੀ ਸੁਭਾਅ ਬਦਲਤਾ ਬਚਨ ਸੱਚ ਹੋ ਗਏ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਢਰਿਆ ਸਿੱਖਾਂ ਨੇ ਜਦੋਂ ਸੂਈ ਲੰਘੂੜੇ ਦੀ ਲੱਕੜ ਨੂੰ ਲਾਈ ਲੱਕੜ ਇਸ ਲੱਕੜ ਇਸ ਤਰ੍ਹਾਂ ਸੁਭਾਵ ਛੱਡ ਗਈ ਜਿਵੇਂ ਮੋਮ ਹੁੰਦਾ ਜਿਵੇਂ ਕੋਈ ਮੋਮ ਦੇ ਵਿੱਚ ਸੂਈ ਨੂੰ ਚੁਭਾਵੇ ਸੂਈ ਅੰਦਰ ਲੰਘ ਜਾਂਦੀ ਹੈ ਇਸ ਤਰ੍ਹਾਂ ਲੱਕੜ ਦੇ ਪੰਘੂੜੇ ਦੇ ਅੰਦਰ ਸੂਈ ਲੰਘ ਗਈ ਤੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਮੇਰੇ ਕਹਿਣ ਤੋਂ ਭਾਵ ਜੇ ਬਾਣੀ ਪ੍ਰੇਮ ਦੇ ਨਾਲ ਚਾਹਤ ਦੇ ਨਾਲ ਪੜਾਂਗੇ ਸਾਡੇ ਸੁਭਾਅ ਬਦਲੇ ਜਾਣਗੇ ਸਾਡਾ ਜੀਵਨ ਬਦਲਿਆ ਜਾਵੇਗਾ ਸਾਡਾ ਔਰਾ ਆਲਾ ਦਵਾਲਾ ਬਦਲਿਆ ਜਾਵੇਗਾ ਔਰ ਜਿਹੜਾ ਸਿੱਖ ਬਾਣੀ ਪੜਦਾ ਹੈ ਖਾਲਸਾ ਜੀ ਇਹ ਆਪ ਜੀ ਮਹਿਸੂਸ ਕਰੋਗੇ ਬਾਣੀ ਪੜਨ ਵਾਲੇ ਗੁਰਸਿੱਖ ਦੇ ਕੋਲ ਜਦੋਂ ਜਾਂਦੇ ਆਂ ਮਨ ਦੇ ਸਾਰੇ ਗਲਤ ਫੁਰਨੇ ਰੁਕ ਜਾਂਦੇ ਨੇ ਬਾਣੀ ਪੜਨ ਵਾਲੇ ਦੇ ਵਾਈਬ੍ਰੇਸ਼ਨ ਸੈਸੀਆਂ ਹੁੰਦੀਆਂ ਕਿ ਉਹ ਸਾਡੇ ਮਨ ਦੇ ਫੁਰਨਿਆਂ ਨੂੰ ਬਦਲ ਕੇ ਰੱਖ ਦਿੰਦੀਆਂ ਸੋ ਬਾਣੀ ਸਦਾ ਹੀ ਪ੍ਰੇਮ ਦੇ ਨਾਲ ਮੁਹੱਬਤ ਦੇ ਨਾਲ ਹੀ ਪੜਨੀ ਚਾਹੀਦੀ ਹੈ ਇੱਕ ਵਿਦਵਾਨ ਦੀ ਲਿਖਤ ਮੈਂ ਆਪ ਜੀ ਨਾਲ ਸਾਂਝੀ ਕਰਕੇ ਫਤਿਹ ਦੀ ਸਾਂਝ ਪਾਵਾਂ ਉਹ ਕਹਿੰਦਾ ਜਿੱਦਨ ਮੁਹੱਬਤ ਦੇ ਨਾਲ ਕੋਈ ਰੱਬ ਨੂੰ ਪਰਮਾਤਮਾ ਨੂੰ ਯਾਦ ਕਰਦਾ ਹੈ ਜਦੋਂ ਬਾਣੀ ਪੜਨ ਲੱਗਦਾ ਹੈ ਸਿਮਰਨ ਕਰਨ ਲੱਗਦਾ ਹੈ ਪਹਿਲਾਂ ਰੱਬ ਨਜ਼ਰ ਨਹੀਂ ਆਉਂਦਾ ਪਰ ਜਦੋਂ ਕੋਈ ਪ੍ਰੇਮ ਦੇ ਨਾਲ ਬਾਣੀ ਪੜਨ ਲੱਗ ਜਾਂਦਾ ਫਿਰ ਰੱਬ ਤੋਂ ਬਿਨਾ ਕੋਈ ਨਜ਼ਰ ਨਹੀਂ ਆਉਂਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਨਜ਼ਰ ਨਹੀਂ ਸੀ ਆ ਰਿਆ ਪਰ ਅੱਜ ਮੁਹੱਬਤ ਹੋ ਗਈ ਤੇ ਉਹ ਲਿਖਦਾ ਜਿਸੇ ਦੇਖਣਾ ਵੀ ਮੁਹਾਲ ਥਾ 나ਥਾ ਜਿਸਕਾ ਨਾਮੋ ਨਿਸ਼ਾਨ ਕਹੀਂ ਹਰੇਕ ਜ਼ਰਰੇ ਮੇ ਇਸ਼ਕ ਨੇ ਮੁਝੇ ਜਲਵਾ ਉਸਕਾ ਦਿਖਾ ਦਿਆ ਕਹਿੰਦਾ ਜਿਹੜਾ ਪਰਮਾਤਮਾ ਕਿਤੇ ਨਜ਼ਰ ਨਹੀਂ ਸੀ ਆਉਂਦਾ ਪਹਿਲਾਂ ਬੰਦਗੀ ਕਰਨ ਲੱਗਿਆਂ ਪਰ ਰੱਬ ਦੀ ਬੰਦਗੀ ਨਹੀਂ ਛੱਡੀ ਸਿਮਰਨ ਨਹੀਂ ਛੱਡਿਆ ਪਰਮਾਤਮਾ ਦੇ ਸਿਮਰਨ ਦੇ ਨਾਲ ਪ੍ਰੇਮ ਦੇ ਨਾਲ ਅੱਜ ਮੈਂ ਜਲਵਾਲ ਵੀ ਤੱਕਦਾ ਤੇ ਮੈਨੂੰ ਪਰਮਾਤਮਾ ਨਜ਼ਰ ਆਉਂਦਾ ਤੇ ਰੂਹ ਇਸ ਗੱਲ ਦੀ ਹਾਮੀ ਭਰਦੀ ਐ ਜਲੇ ਹੈ ਜਲ ਵਿੱਚ ਵੀ ਤੂੰ ਹੀ ਵੱਸਦਾ ਜੇ ਮੈਂ ਧਰਤੀ ਵੱਲ ਵੇਖਦਾ ਤੇ ਰੂਹ ਹਾਮੀ ਭਰਦੀ ਐ ਥਲੇ ਹੈ ਜਪ ਸਾਹਿਬ ਚ ਆਪਾਂ ਸਾਰੀ ਪੜਦੇਂ ਥਲੇ ਤੋਂ ਭਾਵ ਧਰਤੀ ਦੇ ਵਿੱਚ ਵੀ ਪਰਮਾਤਮਾ ਤੂੰ ਹੀ ਵਸਦਾ ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਵਿਚਾਰ ਕਰਦਿਆਂ ਨੇਕਾ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ ਆਪ ਸਭ ਸੰਗਤਾਂ ਦਾ ਔਰ ਗੁਰਦੁਆਰਾ ਗੁਰੂ ਸਿੰਘ ਸਭਾ ਰਜੋਰੀ ਗਾਰਡਨ ਜੀ ਦੇ ਪ੍ਰਬੰਧਕ ਸੱਜਣਾ ਦਾ ਧੰਨਵਾਦ ਜਿਨ੍ਹਾਂ 2 ਦਿਨ ਆਪ ਸਭ ਸੰਗਤਾਂ ਦੇ ਚਰਨ ਪਰਸਨ ਲਈ ਇਹ ਘੜੀਆਂ ਬਖਸ਼ੀਆਂ ਤਾਬਿਆ ਤੇ ਸਜੇ ਹੋਏ ਸਿੰਘ ਸਹਿਬਾਨ ਜੀ ਦਾ ਧੰਨਵਾਦ ਔਰ ਰੋਮ ਰੋਮ ਕਰਕੇ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਸਵਾਸਾਂ ਦੀ ਲੜੀ ਬਖਸ਼ ਕਰਕੇ ਕਥਾ ਦੀ ਹਾਜ਼ਰੀ ਪਰਵਾਈ ਆਓ ਇੱਕ ਵਾਰ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਦਾਰੇ ਕਰੀਏ ਇੰਨੇ ਕੇ ਪ੍ਰੇਮ ਦੇ ਨਾਲ ਮਹਾਰਾਜ ਨੂੰ ਨੇਤਰਬੰਦ ਕਰਕੇ ਯਾਦ ਕਰਿਓ ਕਿ ਜਦੋਂ ਘਰ ਵੀ ਜਾਈਏ ਤੇ ਕਲਗੀਧਰ ਜੀ ਦੀ ਮੂਰਤ ਨੇਤਰਾਂ ਵਿੱਚ ਵਸ ਜਾਵੇ ਪੀਰ ਬੁੱਧੂ ਸ਼ਾਹ ਜੀ ਨੇ ਜਦੋਂ ਕਲਗੀ ਧਰਜੀ ਦੇ ਦਿਦਾਰੇ ਕੀਤੇ ਨਾ ਤੇ ਇੱਕ ਗੱਲ ਕਹੀ ਕਹਿਣ ਲੱਗੇ ਮਹਾਰਾਜ ਐਸੀ ਮਿਲਣੀ ਅਬ ਮਿਲ ਗਇਓ ਲੈ ਦਰਸ਼ਨ ਕੋ ਮਨ ਦੇ ਗਇਓ ਤੁਹਾਡੇ ਦਿਦਾਰੇ ਕੀਤੇ ਮਨ ਮੈਂ ਇੱਥੇ ਧਰ ਚੱਲਿਆ ਤੇ ਤੁਹਾਡੀ ਮੂਰਤ ਨੂੰ ਨੇਤਰਾਂ ਵਿੱਚ ਵਸਾ ਚੱਲਿਆ ਸਾਰੇ ਪੜੋ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਗੋਵਿੰਦ ਸਿੰਘ ਜੀ ਬਾਹੂਆ ਹੋ ਗੋਵਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਹੋਰ ਗੱਜ ਕੇ ਪੜੋ ਖਾਲਸਾ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋ ਜੀ ਪਿਆਰੇ ਗੋਬਿੰਦ ਸਿੰਘ ਜੀ ਚੋ ਜੀ ਪਿਆਰੇ ਗੋਬਿੰਦ ਸਿੰਘ ਜੀ ਚੋ ਜੀ ਪਿਆਰੇ ਵਾਹ ਵਾਹ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਜੀ ਵਾਹ 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 ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਜੀ ਵਾਹ 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 ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ